ਸਤਿ ਸ਼੍ਰੀ ਅਕਾਲ ਜੀ ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜੀਟਿਵ ਵਾਈ ਪੰਜਾਬ ਦੇ ਉੱਤੇ ਕਾਫੀ ਦਿਨਾਂ ਤੋਂ ਰਾਜੇ ਡਿਮਾਂਡ ਆ ਰਹੀ ਸੀ ਸਟੂਡੈਂਟਸ ਦੀ ਕਿ ਸਰ ਜੀਓਫੈਂਸ ਦੇ ਉੱਪਰ ਵੀ ਕਰਵਾ ਦਿਓ ਤਾਂ ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਇਆ ਰਾਜੇ ਜੀਓਫੈਂਸ ਦੇ ਉੱਪਰ ਅੱਜ ਦੀ ਵੀਡੀਓ 'ਚ ਆਪਾਂ ਪੜ੍ਹਾਂਗੇ ਕਿ ਜੀਓਫੈਂਸ ਕੀ ਹੁੰਦਾ ਹੈ ਜੀਓਫੈਂਸਿੰਗ ਕੀ ਹੁੰਦੀ ਹੈ ਜਾਂ ਫਿਰ ਇਹਦੇ ਨਾਲ ਰਿਲੇਟਡ ਕਿਹੜੀਆਂ-ਕਿਹੜੀਆਂ ਐਪਲੀਕੇਸ਼ਨਸ ਯੂਜ਼ ਹੁੰਦੀਆਂ ਨੇ ਪਰ ਮੇਰੀ ਇੱਕ ਹੰਬਲ ਰਿਕਵੈਸਟ ਹੈ ਰਾਜੇ ਜਿਹੜੇ ਬੱਚੇ ਹੁਣ ਜੁੜ ਰਹੇ ਆ ਚੈਨਲ ਦੇ ਨਾਲ ਤਾਂ ਉਹਨਾਂ ਨੂੰ ਮੈਂ ਦੱਸ ਦਵਾਂ ਜਾਣਕਾਰੀ ਵਾਸਤੇ ਕਿ ਮੈਂ ਸਾਰੇ ਲੈਕਚਰਾਂ ਦੀ ਨੰਬਰਿੰਗ ਕੀਤੀ ਹੋਈ ਆ L1 L2 L3 ਕਰਕੇ ਤਾਂ ਜਿਹੜਾ ਕੋਈ ਨਵਾਂ ਬੱਚਾ ਆਊਗਾ ਤਾਂ ਪਲੀਜ਼ L1 ਤੋਂ ਸਟਾਰਟ ਕਰਿਓ ਤਾਂ ਹੀ ਤੁਹਾਨੂੰ ਐਗਜ਼ਾਮ 'ਚ ਬੇਨਿਫਿਟ ਹੋਊਗਾ ਤੇ ਜਿਹੜੇ ਬੱਚੇ ਅੱਜ ਦੀ ਵੀਡੀਓ ਦੇਖ ਰਹੇ ਆ ਉਹ ਪਹਿਲਾਂ GPS ਦੀ ਵੀਡੀਓ ਜ਼ਰੂਰ ਦੇਖ ਲੈਣ ਆਦਰਵਾਇਜ਼ ਉਹਨਾਂ ਨੂੰ ਇਹ ਟੌਪਿਕ ਬਹੁਤ ਘੱਟ ਸਮਝ ਆਊਗਾ GPS ਵਾਲੀ ਵੀਡੀਓ ਦੇਖ ਕੇ ਫਿਰ ਜੀਓਫੈਂਸ ਪੜ੍ਹਨਾ ਰਾਈਟ ਹੈ ਜੀ ਤੇ ਅੱਜ ਦੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਾਕੀ ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਾਰੀਆਂ ਚੀਜ਼ਾਂ ਰਾਈਟ ਹੈ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ ਤੇ ਇਹ ਕਿੱਥੇ-ਕਿੱਥੇ ਯੂਜ਼ ਹੁੰਦੀ ਹੈ ਕਿਉਂਕਿ ਹੁਣੇ ਪਿੱਛੇ ਜੇ 31 ਜਨਵਰੀ ਨੂੰ ਪੇਪਰ ਹੋਇਆ ਸੀ ਰਾਜੇ ਜੇਲ੍ਹ ਸੁਪਰੀਡੈਂਟ ਦਾ ਉਹਦੇ ਵਿੱਚ ਵੀ ਪੁੱਛਿਆ ਗਿਆ ਸੀ ਕੁਐਸਚਨ ਤੇ ਉਸ ਕੁਐਸਚਨ ਵੀ ਓਬਜੈਕਸ਼ਨ ਲੱਗੀ ਸੀਗੀ ਉਹਦਾ ਓਬਜੈਕਸ਼ਨ ਲੱਗਣ ਦਾ ਕਾਰਨ ਕੀ ਸੀਗਾ ਉਹ ਤੁਹਾਨੂੰ ਮੈਂ ਉਹ ਵੀ ਦੱਸੂਗਾ ਤਾਂ ਚਲੋ ਆਪਾਂ ਸਟਾਰਟ ਕਰਦੇ ਆਂ ਜੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਵੀਆਂ-ਨਵੀਆਂ ਵੀਡੀਓ ਦੇਖਣ ਵਾਸਤੇ ਚਲੋ ਸਟਾਰਟ ਕਰਦੇ ਆਂ ਆਪਾਂ ਇਹ ਪਿੱਛੇ ਜੇ ਆਪਣਾ 31 ਜਨਵਰੀ ਨੂੰ ਪੇਪਰ ਹੋਇਆ ਸੀ ਰਾਜੇ ਜੇਲ੍ਹ ਸੁਪਰੀਟੈਂਡੈਂਟ ਦਾ ਉਹਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ ਜੀਓਫੈਂਸ ਦੇ ਵਿੱਚ ਤੇ ਜੀਓਫੈਂਸ ਦੇ ਉੱਪਰ ਜਦੋਂ ਕੁਐਸਚਨ ਪੁੱਛਿਆ ਗਿਆ ਸੀ ਉਹ ਕੁਐਸਚਨ ਦੇ ਵਿੱਚ ਓਬਜੈਕਸ਼ਨ ਵੀ ਲੱਗੀ ਸੀਗੀ ਪਰ ਬੋਰਡ ਨੇ ਓਬਜੈਕਸ਼ਨ ਮੰਨੀ ਨਹੀਂ ਉਹਦਾ ਰੀਜ਼ਨ ਨਹੀਂ ਮੈਨੂੰ ਪਤਾ ਵੀ ਕਿਉਂ ਨਹੀਂ ਮੰਨੀ ਪਰ ਜਿਹੜਾ ਉਹਦੇ ਵਿੱਚ ਕੁਐਸਚਨ ਪਾਇਆ ਸੀ ਉਹ ਵੀ ਤੁਹਾਨੂੰ ਮੈਂ ਦੱਸੂਗਾ ਵੀ ਕੀ ਕੁਐਸਚਨ ਪਾਇਆ ਸੀਗਾ ਉਹਦੇ ਵਿੱਚ ਨਾਟ ਵਾਲੀ ਆਪਸ਼ਨ ਪੁੱਛੀ ਸੀਗੀ ਪਰ ਜਦ ਕਿ ਉਹਦੀਆਂ ਸਾਰੀਆਂ ਆਪਸ਼ਨ ਕੀ ਸੀਗੀਆਂ ਰਾਈਟ ਸੀਗੀਆਂ ਤੇ ਚਲੋ ਸਟਾਰਟ ਕਰਦੇ ਆਪਾਂ ਇਹਦੀ ਵੀਡੀਓ ਦੇਖਦੇ ਆਂ ਵੀ ਕਿਹੜਾ ਕੁਐਸਚਨ ਪੁੱਛਿਆ ਸੀ ਪੀ ਟ੍ਰਿਪਲ ਐਸ ਬੋਰਡ ਨੇ ਤਾਂ ਆਹ ਕੁਐਸਚਨ ਪੁੱਛਿਆ ਗਿਆ ਸੀ ਰਾਜੇ ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਟ੍ਰੂ ਅਬਾਊਟ ਜੀਓਫੈਂਸ ਤਾਂ ਜੀਓਫੈਂਸ ਬਾਰੇ ਕੀ ਟ੍ਰੂ ਨਹੀਂ ਹੈ ਜਿੰਨੀਆਂ ਵੀ ਆਪਸ਼ਨ ਰਾਜੇ ਇੱਥੇ ਲਿਖੀਆਂ ਹੋਈਆਂ ਇਹ ਸਾਰੀਆਂ ਕੀ ਨੇ ਟ੍ਰੂ ਨੇ ਤਾਂ ਰਾਈਟ ਹੈ ਪਰ ਬੋਰਡ ਨੇ ਜਿਹੜੀ ਆਪਸ਼ਨ ਨਹੀਂ ਮੰਨੀ ਜਿਹਨੂੰ ਫਾਲਸ ਮੰਨਿਆ ਉਹ ਮੰਨਿਆ ਆਪਣੇ ਜਿਹੜਾ ਵਰਚੁਅਲ ਰੇਡੀਅਸ ਕਹਿੰਦਾ ਜਿਹੜਾ ਹੁੰਦਾ ਵੀ ਉਹ ਨਹੀਂ ਮੰਨਿਆ ਜਦਕਿ ਵਰਚੁਅਲ ਜਿਹੜੀ ਹੁੰਦਾ ਉਹ ਆਪਾਂ ਅੱਜ ਪੜਾਂਗੇ ਤਾਂ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਊਗਾ ਠੀਕ ਹੈ ਤਾਂ ਚਲੋ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਜੀਓਫੈਂਸ ਦੇ ਉੱਪਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਰਾਜੇ ਜੀਓਫੈਂਸ ਜੀਓਫੈਂਸ ਬੇਸਿਕਲੀ ਤੁਹਾਨੂੰ ਮੈਂ ਇੱਕ ਵਾਰੀ ਪਹਿਲਾਂ ਓਵਰਵਿਊ ਦੱਸ ਦਿੰਦਾ ਜੀਓਫੈਂਸ ਕੀ ਹੁੰਦਾ ਜਿਵੇਂ ਹੁਣ ਪਿੱਛੇ ਜੇ ਕਰੋਨਾ ਪੁਰਾਣਾ ਕੋਰੋਨਾ ਹੋਇਆ ਸੀ ਨਾ ਆਪਣੇ ਲਾਸਟ ਈਅਰ 2020 ਦੇ ਵਿੱਚ ਉਹਦੇ ਵਿੱਚ ਕੀ ਹੁੰਦਾ ਸੀ ਕਿ ਮੰਨ ਲਓ ਕੋਈ ਬੰਦਾ ਫੋਰਨ ਕੰਟਰੀ ਤੋਂ ਆ ਰਿਹਾ ਜਾਂ ਕਿਸੇ ਨੂੰ ਸਿੰਪਟਮ ਨੇ ਕੋਰੋਨਾ ਦੇ ਤਾਂ ਉਹਨੂੰ ਕੁਆਰੰਟਾਈਨ ਕਰ ਦਿੰਦੇ ਸੀਗੇ 14 ਡੇਜ਼ ਵਾਸਤੇ ਹਾਊਸ ਦੇ ਵਿੱਚ ਪਰ ਉਹਨਾਂ ਦੇ ਉੱਪਰ ਨਿਗਰੱਖੀ ਜਾਂਦੀ ਸੀ ਵੀ ਕੋਈ ਬੰਦਾ ਉਹਦੇ ਜਿਹੜੇ ਕੋਰੋਨਾ ਦੇ ਰੂਲਸ ਆ ਵਾਇਲਟ ਤਾਂ ਨਹੀਂ ਕਰ ਰਿਹਾ ਉਹਨਾਂ ਨੂੰ ਟੋੜ ਤਾਂ ਨਹੀਂ ਰਿਹਾ ਤਾਂ ਉਹਨਾਂ ਨੂੰ ਦੇਖੋ ਪਤਾ ਕਿਵੇਂ ਚੱਲਦਾ ਸੀਗਾ ਕਿਉਂਕਿ ਉਹਨਾਂ ਨੂੰ ਇੱਕ ਲੋਕੇਸ਼ਨ ਬੇਸਡ ਸਰਵਿਸਿਜ਼ ਪ੍ਰੋਵਾਈਡ ਕੀਤੀ ਜਾਂਦੀ ਸੀਗੀ ਜਿਸ ਤੋਂ ਪਤਾ ਚੱਲ ਜਾਂਦਾ ਸੀਗਾ ਕਿ ਉਹ ਬੰਦਾ ਮਤਲਬ ਕਿ ਕਿੱਥੇ ਮੂਵ ਕਰ ਰਿਹਾ ਕਿੱਥੇ ਕਿੱਥੇ ਜਾ ਰਿਹਾ ਤਾਂ ਉੱਥੇ ਜੀਓਫੈਂਸ ਯੂਜ਼ ਹੁੰਦੀ ਹੈ ਜਾਂ ਫਿਰ ਗੱਡੀਆਂ ਦੇ ਵਿੱਚ ਵੀ ਹੁੰਦੀ ਹੈ ਮੰਨ ਲਓ ਆਪਾਂ ਗੱਡੀ ਦੇ ਵਿੱਚ ਜੀਓਫੈਂਸ ਲਗਾਤਾ ਤਾਂ ਆਪਾਂ ਨੂੰ ਪਤਾ ਚੱਲ ਜੂਗਾ ਕਿ ਆਪਣੀ ਗੱਡੀ ਕਿੱਥੇ ਕਿੱਥੇ ਮੂਵ ਕਰ ਰਹੀ ਹੈ ਤਾਂ ਰਾਈਟ ਹੈ ਜਾਂ ਫਿਰ ਆਪਾਂ ਨੂੰ ਕੋਈ ਨੋਟੀਫਿਕੇਸ਼ਨ ਆ ਜਾਂਦਾ ਵੀ ਜੋ ਜਿੰਨੀ ਆਪਾਂ ਜੀਓਫੈਂਸ ਲਗਾ ਦਾਂਗੇ ਉਸ ਏਰੀਆ ਦੇ ਵਿੱਚ ਕੋਈ ਵੀ ਚੀਜ਼ ਐਂਟਰ ਕਰਦੀ ਆ ਜਿਹਦੇ ਵਿੱਚ ਜੀਪੀਐਸ ਹੋਊਗਾ ਲੋਕੇਸ਼ਨ ਹੋਊਗੀ ਉਹ ਆਪਾਂ ਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ ਤਾਂ ਸਾਰਾ ਕੁਝ ਸਮਝਾਂਗੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਵਧੀਆ ਢੰਗ ਦੇ ਨਾਲ ਚਲੋ ਸਟਾਰਟ ਕਰਦੇ ਹਾਂ ਕਹਿੰਦਾ ਜੀਓਫੈਂਸ ਕੀ ਆ ਰਾਜੇ ਕਹਿੰਦਾ ਇਟ ਇਸ ਅ ਵਰਚੁਅਲ ਪੈਰੀਮੀਟਰ ਫॉर ਅ ਰੀਅਲ ਵਰਲਡ ਜੀਓਗ੍ਰਾਫਿਕ ਏਰੀਆ ਹੁਣ ਵਰਚੁਅਲ ਪੈਰੀਮੀਟਰ ਕੀ ਹੁੰਦੇ ਆ ਰਾਜੇ ਵਰਚੁਅਲ ਪੈਰੀਮੀਟਰ ਹੁੰਦੇ ਆ ਬਾਉਂਡਰੀਜ਼ ਹੁਣ ਮੰਨ ਲਓ ਮੈਂ ਕੰਦਾ ਜਨ ਮੰਨ ਲਓ ਆ ਮੇਰੀ ਸ਼ਾਪ ਹੈ ਮੇਰੀ ਦੁਕਾਨ ਹੈ ਸ਼ਾਪ ਹੈ ਕੋਈ ਵੀ ਮੇਰੀ ਠੀਕ ਹੈ ਤਾਂ ਮੈਂ ਕੀ ਕਰਦਾ ਰਾਜੇ ਮੈਂ ਇੰਨੇ ਇੰਨੇ ਏਰੀਏ ਦੇ ਵਿੱਚ ਕੀ ਕਰ ਲੈਣਾ ਜੀਓ ਫੈਂਸ ਲਗਾ ਲੈਣਾ ਤਾਂ ਜੀਓ ਫੈਂਸ ਮੈਂ ਲਗਾ ਤੀ ਹੁਣ ਕੋਈ ਵੀ ਬੰਦਾ ਇੱਥੇ ਐਂਟਰ ਕਰੂਗਾ ਜਾਂ ਐਗਜ਼ਿਟ ਕਰੂਗਾ ਮੈਨੂੰ ਕੀ ਆਜੂਗਾ ਉਹਦਾ ਨੋਟੀਫਿਕੇਸ਼ਨ ਆਜੂਗਾ ਵੀ ਫਲਾਨਾ ਬੰਦਾ ਐਂਟਰ ਕੀਤਾ ਸੀ ਫਲਾਨੇ ਬੰਦੇ ਨੇ ਐਗਜ਼ਿਟ ਕੀਤਾ ਸੀਗਾ ਤਾਂ ਜਿਹੜੀ ਜੀਓ ਫੈਂਸ ਰਾਜੇ ਕਾਫੀ ਮਤਲਬ ਕੀ ਵੇਜ ਦੇ ਨਾਲ ਵਰਤੀ ਜਾਂਦੀ ਹੈ ਸਿਕਿਉਰਿਟੀ ਪਰਪਸ ਤੋਂ ਵੀ ਵਰਤੀ ਜਾਂਦੀ ਹੈ ਆਪਣੀ ਜਿਵੇਂ ਮੰਨ ਲਓ ਕੋਈ ਦੁਕਾਨ ਦੇ ਆਪਾਂ ਕੁੱਪਣ ਨਾ ਵਗੈਰਾ ਠੀਕ ਹੈ ਬੰਦੇ ਨੂੰ ਦੱਸਣਾ ਕਾ ਕੋਈ ਆਪਾਂ ਕੋਈ ਸੇਲ ਲਗਾ ਰੱਖੀ ਹੈ ਕੋਈ ਆਪਾਂ ਐਡਵਰਟਾਈਜ਼ਮੈਂਟ ਪਰਪਸ ਤੋਂ ਵੀ ਦੱਸਣਾ ਤਾਂ ਉਹਦੇ ਵਾਸਤੇ ਵੀ ਆਪਾਂ ਵਰਤ ਸਕਦੇ ਹਾਂ ਜੀਓਫੈਂਸ ਤਾਂ ਫਿਲਹਾਲ ਮੈਂ ਤੁਹਾਨੂੰ ਦੱਸਦਾ ਵੀ ਜਿਵੇਂ ਜਦੋਂ ਆਪਾਂ ਇਹ ਮਤਲਬ ਕਿ ਏਰੀਆ ਸੈੱਟ ਕਰ ਦਿੰਨੇ ਆ ਠੀਕ ਹੈ ਤਾਂ ਜਿਹੜੀਆਂ ਬਾਉਂਡਰੀਜ਼ ਹੁੰਦੀਆਂ ਨੇ ਦੈਟ ਇਜ਼ ਕਾਲਡ ਵਰਚੁਅਲ ਪੈਰੀਮੀਟਰਸ ਤਾਂ ਵਰਚੁਅਲ ਦਾ ਮਤਲਬ ਹੁੰਦਾ ਹੈ ਰਾਜੇ ਜਿਹੜੀ ਚੀਜ਼ ਰੀਅਲ ਦੇ ਵਿੱਚ ਦਿਖਦੀ ਨਹੀਂ ਲੇਕਿਨ ਮਤਲਬ ਕਿ ਹੁੰਦੀ ਹੈ ਹੁਣ ਵਰਚੁਅਲ ਪੈਰੀਮੀਟਰ ਦੇ ਵਿੱਚ ਕੀ ਹੈ ਕਿ ਇਹ ਦੁਕਾਨ ਤਾਂ ਆਪਾਂ ਨੂੰ ਦਿਖੂਗੀ ਫਿਜ਼ੀਕਲ ਲੋਕੇਸ਼ਨ ਦੁਕਾਨ ਦੀ ਦਿਖੂਗੀ ਲੇਕਿਨ ਆਪਾਂ ਨੂੰ ਇਹ ਨਹੀਂ ਪਤਾ ਲੱਗੂਗਾ ਕਿ ਇਹ ਰੇਂਜ ਦੇ ਅੰਡਰ ਕੀ ਹੈ ਜੀਓਫੈਂਸ ਲੱਗੀ ਹੋਈ ਹੈ ਹੁਣ ਜੇ ਮਨ ਲਓ ਤੁਸੀਂ ਮੋਬਾਈਲ ਦੇ ਵਿੱਚ ਹਾਟਸਪੌਟ ਔਨ ਕਰਦੇ ਹੋ ਤੁਹਾਨੂੰ ਇਹ ਤਾਂ ਨਹੀਂ ਪਤਾ ਲੱਗਦਾ ਵੀ ਐਨ ਏਰੀਆ ਦੇ ਵਿੱਚ ਹਾਟਸਪੌਟ ਹੈਗੀ ਆ ਪਰ ਆਪਾਂ ਨੂੰ ਕੁਝ ਤਾਂ ਚੱਲਦਾ ਜਦੋਂ ਆਪਾਂ ਨੂੰ ਰੇਂਜ ਮਿਲਦੀ ਆ ਵੀ ਇੱਥੇ ਰੇਂਜ ਫੁੱਲ ਆ ਰਹੀ ਹੈ ਇੱਥੇ ਘਟ ਆ ਰਹੀ ਹੈ ਤਾਂ ਆਪਾਂ ਨੂੰ ਉਹ ਏਰੀਆ ਪਤਾ ਚੱਲ ਜੂਗਾ ਤਾਂ ਉਹਨੂੰ ਕਹਿੰਦੇ ਆ ਵਰਚੁਅਲ ਤੇ ਪੈਰੀਮੀਟਰਸ ਕੀ ਹੋ ਗਿਆ ਆਪਣੀ ਬਾਉਂਡਰੀਜ਼ ਹੁਣ ਜਿਹੜੇ ਪੈਰੀਮੀਟਰ ਹੁੰਦੇ ਆ ਰਾਜੇ ਉਹ ਕਹਿੰਦਾ ਆਈਦਰ ਇਹ ਪਾਥ दैट ਇਨਕੰਪਾਸਸਿਸ ਸਰਾਉਂਡਿੰਗ ਸਰਾਉਂਡਸ ਆਊਟਲਾਈਨ ਆਫ ਸ਼ੇਪ ਇਨ 2 ਡਾਈਮੈਂਸ਼ਨ 2 ਡਾਈਮੈਂਸ਼ਨ ਦੇ ਵਿੱਚ ਰਾਜੇ ਆਪਣੀ ਜਿਹੜੀ ਪੈਰੀਮੀਟਰ ਉਹ ਲੱਗ ਜਾਂਦੀ ਜਿਵੇਂ ਮੰਨ ਲਓ ਹੁਣ ਆਪਾਂ ਟਰੈਂਗਲ ਦੀ ਪੈਰੀਮੀਟਰ ਕੀ ਹੁੰਦੀ ਹੈ ਜਿਹੜੀ ਇਹਦੀ ਬਾਉਂਡਰੀਜ਼ ਹੁੰਦੀਆਂ ਨੇ ਸਕੁਅਰ ਦੇ ਵੀ ਪੈਰੀਮੀਟਰ ਹੁੰਦੇ ਨੇ ਠੀਕ ਹੈ ਕੋਈ ਹੋਰ ਸ਼ੇਪ ਹੋ ਗਈ ਪੈਂਟਾਗਨ ਹੋ ਗਈ ਹੈਕਸਾਗਨ ਹੋ ਗਈ ਇਹ ਸਾਰਿਆਂ ਦੇ ਕੀ ਹੁੰਦੇ ਨੇ ਪੈਰੀਮੀਟਰ ਹੁੰਦੇ ਨੇ ਪੋਲੀਗਨ ਵੀ ਹੋ ਸਕਦੀ ਹੈ ਪਰ ਜੇ ਆਪਾਂ ਸਰਕਲ ਦੀ ਗੱਲ ਕਰੀਏ ਜਾਂ ਅਲਿਪਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਹੋ ਜੂਗਾ ਸਰਕਮਫੈਂਸ ਹੋ ਜੂਗਾ ਠੀਕ ਹੈ ਤਾਂ ਇਹ ਆਪਾਂ ਤਾਂ ਦੱਸ ਦਿੰਦੇ ਆ ਬਸ ਤੁਹਾਨੂੰ ਪੇਪਰ ਦੇ ਵਾਸਤੇ ਕੀ ਯਾਦ ਰੱਖਣਾ ਹੈ ਪੇਪਰ ਦੇ ਵਾਸਤੇ ਤੁਸੀਂ ਮੋਟੀ ਮੋਟੀ ਗੱਲ ਇਹ ਯਾਦ ਰੱਖਣੀ ਆ ਵੀ ਜਿਹੜੀ ਜੀਓਫੈਂਸ ਹੈ ਉਹ ਕਿਹਦੇ ਉੱਪਰ ਬੇਸਡ ਹੈ ਰਾਜੇ ਵਰਚੁਅਲ ਪੈਰੀਮੀਟਰ ਦੇ ਉੱਪਰ ਤਾਂ ਠੀਕ ਹੈ ਕਿਉਂਕਿ ਦੇਖੋ ਕੁਐਸਚਨ ਦੇ ਵਿੱਚ ਇਹੀ ਪੁੱਛਿਆ ਗਿਆ ਸੀ ਇਹ ਦੇਖੋ ਪਹਿਲਾ ਕੀ ਕਹਿੰਦਾ ਵੀ ਜੀਓਫੈਂਸ ਇਜ਼ ਅ ਵਰਚੁਅਲ ਪੈਰੀਮੀਟਰ ਅਰਾਊਂਡ ਫਿਜ਼ੀਕਲ ਲੋਕੇਸ਼ਨ ਫਿਜ਼ੀਕਲ ਲੋਕੇਸ਼ਨ ਮਤਲਬ ਮੇਰੀ ਸ਼ਾਪ ਜਾ ਕੋਸ਼ ਵੀ ਜਿੱਥੇ ਮੈਂ ਲਗਾਉਣਾ ਚਾਹਣਾ ਉਹ ਫਿਜ਼ੀਕਲ ਏਰੀਆ ਲੋਕੇਸ਼ਨ ਹੋਊਗੀ ਤਾਂ ਉਹਦੇ ਆਸ-ਪਾਸੇ ਆਪਾਂ ਮੰਨ ਲਓ ਕੋਈ ਵੀ ਸ਼ੇਪ ਦੇ ਵਿੱਚ ਕੀ ਕਰਦੇ ਆਂ ਲਗਾ ਦਿੰਨੇ ਆ ਤਾਂ ਇਹ ਕੀ ਹੋਗੀ ਆਪਣੀ ਵਰਚੁਅਲ ਪੈਰੀਮੀਟਰਸ ਹੋਗੇ ਆਈ ਹੋਪ ਤੁਹਾਨੂੰ ਪਹਿਲਾ ਪੁਆਇੰਟ ਮੇਰਾ ਕਲੀਅਰ ਹੋ ਗਿਆ ਹੋਊਗਾ ਰਾਜੇ ਵਰਚੁਅਲ ਪੈਰੀਮੀਟਰਸ ਕੀ ਹੁੰਦੇ ਨੇ ਤੇ ਆ ਦੇਖੋ ਮੈਂ ਅਲਗ-ਅਲਗ ਸ਼ੇਪ ਇੱਥੇ ਦਿੱਤੀਆਂ ਜ਼ਰੂਰੀ ਨਹੀਂ ਕਿ ਇਹੀ ਸ਼ੇਪ ਦੇ ਵਿੱਚ ਲਗਾ ਸਕਦੇ ਆਂ ਆਪਾਂ ਕਿਸੇ ਵੀ ਸ਼ੇਪ ਦੇ ਵਿੱਚ ਲਗਾ ਸਕਦੇ ਆਂ ਤਾਂ ਪੈਰੀਮੀਟਰਸ ਕੀ ਹੁੰਦੇ ਨੇ ਕਹਿੰਦਾ ਇਜ਼ ਦਾ ਡਿਸਟੈਂਸ ਅਰਾਊਂਡ ਏ 2 ਡਾਈਮੈਂਸ਼ਨ ਸ਼ੇਪ that measurement of the distance around something ta apna distance find kar sakde ha perimeter ton ta right hai geo fence kidi upar based da virtual perimeter de upar hun next dekhde ha jehdi geo fence raje oh de vich ki hai kehnda ve dynamically kehnda generate hunda ki hunda radius hun radius ki cheez hundi hai raje radius hunda ve oh jinna vi apna perimeter set kitte ha ode aas paas man lo koi 500 meter 1 kilometer de round ki aari arrangement aari hai ਜਿੱਥੇਥੇ ਰੇਂਜ ਆ ਰਹੀ ਹੈ ਉਹਨੂੰ ਰੇਡੀਅਸ ਬੋਲ ਦਿੰਦੇ ਆ ਤਾਂ ਜੀਓਫੈਂਸ ਦੇ ਵਿੱਚ ਜਿੰਨੇ ਆਸ-ਪਾਸੇ ਸ਼ਾਪ ਦੇ ਰੇਂਜ ਆਊਗੀ दैट इज कॉल्ड ਰੇਡੀਅਸ ਤਾਂ ਇਹ ਦੂਜਾ ਪੁਆਇੰਟ ਵੀ ਰਾਜੇ ਠੀਕ ਹੈ ਕਿ ਇਹ ਕੀ ਦੇ ਉੱਪਰ ਮਤਲਬ ਕਿ ਇਹਦੇ ਵਿੱਚ ਕੀ ਹੈ ਕੋਈ ਫਿਜ਼ੀਕਲ ਲੋਕੇਸ਼ਨ ਦੇ ਅਰਾਊਂਡ ਕੋਈ ਵੀ ਰੇਡੀਅਸ ਹੋ ਸਕਦਾ ਹੈ ਕੋਈ ਸਿੰਗਲ ਪੁਆਇੰਟ ਲੋਕੇਸ਼ਨ ਵੀ ਹੋ ਸਕਦੀ ਹੈ ਕੋਈ ਫਿਜ਼ੀਕਲ ਲੋਕੇਸ਼ਨ ਵੀ ਹੋ ਸਕਦੀ ਹੈ ਤਾਂ ਇਹੀ ਪੁੱਛਿਆ ਗਿਆ ਸੀ ਰਾਜੇ ਕੁਐਸਚਨ ਦੇ ਵਿੱਚ ਵੀ ਤੁਹਾਨੂੰ ਮੈਂ ਦੱਸ ਦਿੰਦਾ ਇੱਕ ਵਾਰੀ ਜਿਹੜਾ ਕਿ ਉਹਨਾਂ ਨੇ ਨਹੀਂ ਮੰਨਿਆ ਪਰ ਜਦਕਿ ਇਹ ਰਾਈਟ ਹੈ ਕਹਿੰਦਾ ਜੀਓਫੈਂਸ ਇਜ਼ ਅ ਵਰਚੁਅਲ ਰੇਡੀਅਸ ਅਰਾਊਂਡ ਅ ਫਿਜ਼ੀਕਲ ਲੋਕੇਸ਼ਨ ਤਾਂ ਵਰਚੁਅਲ ਰੇਡੀਅਸ ਵੀ ਹੁੰਦਾ ਰਾਜੇ ਫਿਜ਼ੀਕਲ ਲੋਕੇਸ਼ਨ ਦੇ ਵਿੱਚ ਤੇ ਪੈਰੀਮੀਟਰ ਵੀ ਹੁੰਦਾ ਤਾਂ ਰਾਈਟ ਹੈ ਤਾਂ ਇਹ ਥੋੜਾ ਵਰਚੁਅਲ ਰੇਡੀਅਸ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਰਾਜੇ ਔਰ ਕਹਿੰਦਾ ਜੀਓਫੈਂਸ ਕੈਨ ਬੀ ਪ੍ਰੀਡਿਫਾਈਂਡ ਸੈਟ ਆਫ ਬਾਉਂਡਰੀਜ਼ ਪ੍ਰੀਡਿਫਾਈਂਡ ਦਾ ਮਤਲਬ ਹੁੰਦਾ ਕਿ ਪਹਿਲਾਂ ਤੋਂ ਡਿਫਾਈਨ ਕੀਤੀਆਂ ਹੁੰਦੀਆਂ ਆਪਾਂ ਹਨਾ ਪੈਰੀਮੀਟਰ ਆਪਾਂ ਪਹਿਲਾਂ ਹੀ ਡਿਸਾਈਡ ਕਰ ਲੈਣੇ ਆ ਵੀ ਇੰਨੇ ਇੰਨੀ ਜਗ੍ਹਾ ਦੇ ਵਿੱਚ ਕੀ ਆਵੇ ਮੇਰੀ ਰੇਂਜ ਆਵੇ ਮੰਨ ਲਓ ਇੱਥੋਂ ਲੈ ਕੇ ਮੇਰੀ ਇੱਥੇ ਇੱਥੋਂ ਤਾਂ ਪ੍ਰੀ ਡਿਫਾਈਨਡ ਸੈਟ ਆਫ ਬਾਉਂਡਰੀਜ਼ ਹੋ ਜਾਂਦੀਆਂ ਨੇ ਤਾਂ ਆਪਾਂ ਕਿਤੇ ਵੀ ਲਗਾ ਸਕਦੇ ਹਾਂ ਰਾਜੇ ਬਾਉਂਡਰੀਜ਼ ਮੰਨ ਲਓ ਕੋਈ ਆਪਾਂ ਚਿਲड्रन ਦੀ ਸਿਕਿਉਰਟੀ ਵਾਸਤੇ ਆਪਾਂ ਸਕੂਲ ਜ਼ੋਨ ਦੇ ਨੇੜੇ-ਤੇਰੇ ਲਗਾ ਸਕਦੇ ਹਾਂ ਠੀਕ ਹੈ ਤਾਂ ਉਹਦੇ ਆਸ-ਪਾਸ ਜਿੰਨੀ ਵੀ ਬਾਉਂਡਰੀਜ਼ ਹੋਊਗੀ ਉੱਥੇ ਕੀ ਆਜੂਗੀ ਰੇਡੀਅਸ ਆਉਣਾ ਸ਼ੁਰੂ ਹੋ ਜਾਊਗਾ ਅੱਗੇ ਸਭ ਤੋਂ ਇੰਪੋਰਟੈਂਟ ਗੱਲ ਕੀ ਹੈ ਰਾਜੇ ਕਹਿੰਦਾ ਯੂਜ਼ ਆਫ ਦਾ ਜੀਓਫੈਂਸ ਇਜ਼ ਕਾਲਡ ਜੀਓਫੈਂਸਿੰਗ ਹੁਣ ਕਈ ਬੰਦੇ ਕੀ ਕਰ ਰਹੇ ਨੇ YouTube ਤੇ ਪੜ੍ਹਾ ਰਹੇ ਨੇ ਮੈਂ ਦੇਖਿਆ ਵੀ ਜੀਓਫੈਂਸ ਤੇ ਜੀਓਫੈਂਸਿੰਗ ਨੂੰ ਇੱਕੋ ਗੱਲ ਹੀ ਦੱਸੀ ਜਾ ਰਹੇ ਨੇ ਜਦ ਕੀ ਰਾਜੇ ਜੀਓਫੈਂਸ ਕੀ ਹੋ ਗਿਆ ਇੱਕ ਟੈਕਨੋਲੋਜੀ ਆ ਲੇਕਿਨ ਉਸ ਟੈਕਨੋਲੋਜੀ ਨੂੰ ਜਿਹੜੀ ਵਰਤਣ ਦਾ ਢੰਗ ਹੈਗਾ ਉਹਨੂੰ ਕਹਿ ਦਿੰਦੇ ਆ ਜੀਓਫੈਂਸਿੰਗ ਤਾਂ ਹੋ ਸਕਦਾ ਤੁਹਾਨੂੰ ਡਿਫਰੈਂਸ ਪੁੱਛਿਆ ਜਾਵੇ ਪਰ ਫਿਰ ਵੀ ਜੇ ਨਾ ਪੁੱਛਿਆ ਗਿਆ ਤਾਂ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਵੀ ਜੀਓਫੈਂਸ ਤੇ ਜੀਓਫੈਂਸਿੰਗ ਦੇ ਵਿੱਚ ਕੀ ਡਿਫਰੈਂਸ ਹੈ ਤਾਂ ਰਾਈਟ ਹੈ ਤਾਂ ਜਿਹੜੀ ਟੈਕਨੋਲੋਜੀ ਉਹਦਾ ਨਾਮ ਜੀਓਫੈਂਸ ਹੈ ਤੇ ਉਹਨੂੰ ਯੂਜ਼ ਕਰਨ ਵਾਸਤੇ ਜਿਹੜੀਆਂ ਐਪਲੀਕੇਸ਼ਨਸ ਹੈਗੀਆਂ ਨੇ ਉਹਨਾਂ ਨੂੰ ਕਹਿ ਦਿੰਦੇ ਆ ਜੀਓਫੈਂਸਿੰਗ ਐਪਲੀਕੇਸ਼ਨਸ ਰਾਈਟ ਨੈਕਸਟ ਮੂਵ ਕਰਦੇ ਆਪਾਂ ਹੋਰ ਪੜ੍ਹਦੇ ਆ ਇਹਦੇ ਬਾਰੇ ਅੱਛਾ ਅੱਗੇ ਰਾਜੇ ਇਹ ਕਹਿੰਦਾ ਵੀ ਇਟ ਇਜ਼ ਦੇ ਲੋਕੇਸ਼ਨ ਬੇਸਡ ਸਰਵਿਸਿਜ਼ ਹੁਣ ਲੋਕੇਸ਼ਨ ਬੇਸਡ ਸਰਵਿਸਿਜ਼ ਕਿਉਂ ਆ ਤੁਸੀਂ ਸਾਰਿਆਂ ਨੇ ਅਰੋਗਿਆ ਸੇਤੂ ਐਪ ਦੇ ਬਾਰੇ ਸੁਣਿਆ ਹੋਊਗਾ ਜਦੋਂ ਕੋਵਿਡ ਹੋਇਆ ਸੀਗਾ ਹਨਾ ਕਰੋਨਾ ਟਾਈਮ ਤਾਂ ਜੋ ਉਹਦੇ ਵਿੱਚ ਕਿਵੇਂ ਪਤਾ ਚੱਲਦਾ ਸੀ ਕਿ ਫਲਾਣੇ ਬੰਦੇ ਨੂੰ ਸਿੰਪਟਮ ਹੈਗੇ ਆ ਬੁਖਾਰ ਦੇ ਜਾਂ ਕਰੋਨਾ ਦੇ ਸਿੰਪਟਮ ਹੈਗੇ ਆ ਕਿਉਂਕਿ ਉਹਦੇ ਵਿੱਚ ਕੀ ਸੀਗਾ ਰਾਜੇ ਜੁੜੀ ਆਪਾਂ ਐਪ ਯੂਜ਼ ਕਰਦੇ ਸੀ ਐਪਲੀਕੇਸ਼ਨ ਯੂਜ਼ ਕਰਦੇ ਆ ਅਰੋਗਿਆ ਸੇਤੂ ਉਹਦੇ ਵਿੱਚ ਸਭ ਤੋਂ ਪਹਿਲਾਂ ਉਹ ਲੋਕੇਸ਼ਨ ਮੰਗਦਾ ਵੀ ਆਪਣਾ ਜੀਪੀਐਸ ਔਨ ਕਰੋ ਕਿਉਂਕਿ ਲੋਕੇਸ਼ਨ ਦੇ ਉੱਪਰ ਹੀ ਆਪਾਂ ਨੂੰ ਪਤਾ ਚੱਲਦਾ ਸੀ ਕਿ ਬੰਦਾ ਕਿੱਥੇ-ਕਿੱਥੇ ਮੂਵ ਕਰਦਾ ਜਾਂ ਉਹ ਤੋਂ ਕੁਐਸਚਨ ਪੁੱਟ ਕੀਤੇ ਜਾਂਦੇ ਸੀ ਕਿ ਕਿਤੇ ਬਾਹਰ ਤਾਂ ਨਹੀਂ ਗਿਆ ਟੈਂਪਰੇਚਰ ਕਿੰਨਾ ਉਹਦਾ ਬਾਡੀ ਦਾ ਕੋਈ ਉਹਨੂੰ ਸਿੰਪਟਮ ਤਾਂ ਨਹੀਂ ਇਦਾਂ ਦੇ ਹੈਗੇ ਗਲਾ ਵਗੈਰਾ ਦਾ ਤਾਂ ਨਹੀਂ ਕਰ ਰਿਹਾ ਉਹਦਾ ਤਾਂ ਸਾਰਾ ਕੁਝ ਕੀ ਹੈ ਰਾਜੇ ਲੋਕੇਸ਼ਨ ਤੋਂ ਬਿਨਾ ਇਹ ਚੀਜ਼ ਪੋਸੀਬਲ ਨਹੀਂ ਹੈਗੀ ਜੀਓਫੈਂਸ ਤਾਂ ਰਾਜੇ ਇਹ ਕੀ ਹੈ ਸਭ ਤੋਂ ਇੰਪੋਰਟੈਂਟ ਗੱਲ ਕੀ ਹੈ ਲੋਕੇਸ਼ਨ ਬੇਸ ਸਰਵਿਸਿਜ਼ ਦੇ ਉੱਪਰ ਡਿਪੈਂਡ ਕਰਦੀ ਹੈ ਤਾਂ ਕੀ ਪੜ ਲੈਣੇ ਆਪਾਂ ਇੱਕ ਵਾਰੀ ਕਹਿੰਦਾ ਇਟ ਇਜ਼ ਅ ਲੋਕੇਸ਼ਨ ਬੇਸ ਸਰਵਿਸਿਜ਼ ਯੂਜ਼ਰ ਐਂਟਰਿੰਗ অর ਐਗਜ਼ਿਟਿੰਗ ਅ ਜੀਓਫੈਂਸ ਥੈਨ ਥਿਸ ਐਕਟੀਵਿਟੀ ਕੁਡ ਟ੍ਰਿਗਰ ਐਨ ਅਲਰਟ ਟੂ ਦਾ ਡਿਵਾਈਸ ਯੂਜ਼ਰ ਐਸ ਵੈਲ ਐਸ ਮੈਸੇਜਿੰਗ ਟੂ ਦਾ ਜੀਓਫੈਂਸ ਆਪਰੇਟਰ ਹੁਣ ਤੁਹਾਨੂੰ ਮੈਂ ਪੰਜਾਬੀ ਦੇ ਵਿੱਚ ਦੱਸ ਦਿੰਦਾ ਮੰਨ ਲਓ ਕੀ ਆਹ ਦੁਕਾਨ ਮੇਰੀ ਹੈ ਆ ਸ਼ਾਪ ਕੀ ਹੈ ਰਾਜੇ ਉਹਦਾ ਓਨਰ ਹੈਗਾ ਮੈਂ ਤੇ ਮੈਂ ਇਹਦੇ ਆਸ-ਪਾਸੇ ਕੀ ਲਗਾਤੀ ਮੰਨ ਲਓ ਇੰਨੇ ਨੇ ਏਰੀਆ ਦੇ ਵਿੱਚ ਕੀ ਲਗਾਤੀ ਜੀਓਫੈਂਸ ਜਦੋਂ ਕੋਈ ਬੰਦਾ ਐਂਟਰ ਕਰੂਗਾ ਉਸ ਬੰਦੇ ਨੂੰ ਵੀ ਮੈਸੇਜ ਆਊਗਾ ਕਿ ਮੰਨ ਲਓ ਮੰਨ ਲਓ ਆ ਮੇਰੀ ਸ਼ਾਪ ਆ ਮੈਨੂੰ ਵੀ ਮੈਸੇਜ ਆਜੂਗਾ ਜਿਹੜਾ ਆਪਰੇਟਰ ਆ ਉਹਨੂੰ ਮੈਸੇਜ ਆਊਗਾ ਮੈਨੂੰ ਮੈਸੇਜ ਕੀ ਆਊਗਾ ਕਿ ਮੰਨ ਲਓ ਇੱਕ ਡਵਾਈਸ ਸੈਂਟਰ ਹੋ ਗਈ ਹੈ ਤੁਹਾਡੇ ਹਨਾ ਇੱਕ ਇੱਕ ਬੰਦਾ ਐਂਟਰ ਹੋ ਗਿਆ ਤੁਹਾਡੇ ਜੀਓਫੈਂਸ ਦੇ ਅੰਦਰ ਤੇ ਮੰਨ ਲਓ ਹੁਣ ਮੈਂ ਜਿਸ ਪਰਪਸ ਵਾਸਤੇ ਜੀਓਫੈਂਸ ਲਗਾਈ ਆ ਮੰਨ ਲਓ ਮੈਂ ਆਪਦੀ ਦੁਕਾਨ ਦੀ ਐਡਵਰਟਾਈਜ਼ਮੈਂਟ ਵਾਸਤੇ ਲਗਾਈ ਆ ਜਾਂ ਕੂਪਨ ਸੈਂਡ ਕਰਨ ਵਾਸਤੇ ਲਗਾਈ ਆਪਣੇ ਸਪੈਸ਼ਲ ਕਸਟਮਰ ਨੂੰ ਤਾਂ ਮੈਂ ਉਹਦੇ ਕੋਲੇ ਕੀ ਚਲਾ ਜਾਊਗਾ ਰਾਜੇ ਇੱਕ ਨੋਟੀਫਿਕੇਸ਼ਨ ਚਲਾ ਜਾਊਗਾ ਕਿ ਫਲਾਨੀ ਦੁਕਾਨ ਤੇ 50% ਸੇਲ ਚੱਲ ਰਹੀ ਹੈ ਫਲਾਨੀ ਦੁਕਾਨ ਤੇ 70% ਸੇਲ ਚੱਲ ਰਹੀ ਹੈ ਜੋ ਵੀ ਮੈਂ ਮੈਸੇਜ ਉਹਨੂੰ ਦੇਣਾ ਚਾਹਣਾ ਮੈਂ ਉਹ ਮੈਸੇਜ ਉਹਨੂੰ ਕੀ ਕਰ ਦਊਗਾ ਡਿਸਪਲੇ ਕਰ ਦਊਗਾ ਤਾਂ ਰਾਈਟ ਤਾਂ ਦੋਨੇ ਸਾਈਡ ਤੇ ਕੀ ਆ ਜੂਗੀ ਨੋਟੀਫਿਕੇਸ਼ਨ ਆ ਜੂਗੀ অপারেਟਰ ਨੂੰ ਵੀ ਆ ਜੂਗੀ ਤੇ ਯੂਜ਼ਰ ਨੂੰ ਵੀ ਆ ਜੂਗੀ ਟ੍ਰਿਗਰ ਦਾ ਮਤਲਬ ਹੁੰਦਾ ਰਾਜੇ ਕੋਈ ਵੀ ਚੀਜ਼ ਜਿਹੜੀ ਆਟੋਮੈਟਿਕਲੀ ਚੱਲਦੀ ਹੈ ਦੈਟ ਇਜ਼ ਕਾਲਡ ਟ੍ਰਿਗਰ ਟ੍ਰਿਗਰ ਆਪਾਂ ਦੇਖੋ ਬੰਦੂਕ ਦਾ ਘੋੜਾ ਹੁੰਦਾ ਉਹਨੂੰ ਟ੍ਰਿਗਰ ਬੋਲ ਦਿੰਨੇ ਆ ਤਾਂ ਟ੍ਰਿਗਰ ਹੋਣ ਆਪਣਾ ਪੈਂਦਾ ਇੱਥੇ ਟ੍ਰਿਗਰ ਕੀ ਹੋਊਗਾ ਆਟੋਮੈਟਿਕਲੀ ਟ੍ਰਿਗਰ ਹੋ ਜਾਊਗਾ ਨੋਟੀਫਿਕੇਸ਼ਨ ਜੋ ਵੀ ਆਪਾਂ ਦੇਣਾ ਚਾਹੋਣੇ ਆ ਯੂਜ਼ਰ ਨੂੰ ਤੇ ਇੱਕ ਨੋਟੀਫਿਕੇਸ਼ਨ ਆਪਾਂ ਨੂੰ ਕੀ ਆ ਜਾਊਗਾ ਆਪਰੇਟਰ ਨੂੰ ਆ ਜਾਊਗਾ ਠੀਕ ਹੈ ਤਾਂ ਮੈਨੂੰ ਲੱਗਦਾ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਦੇਖੋ ਹੁਣ ਇਹ ਵੀ ਪੁੱਛਿਆ ਗਿਆ ਸੀ ਪੇਪਰ ਦੇ ਵਿੱਚ ਮੈਂ ਤੁਹਾਨੂੰ ਵਾਰ-ਵਾਰ ਕੁਐਸਚਨ ਤੇ ਕਨਸੈਂਟਰੇਟ ਤਾਂ ਕਰਵਾ ਰਿਹਾ ਇਹ ਕੁਐਸਚਨ ਅਗਰ ਬਹੁਤ ਕਨਸੈਪਚੁਅਲ ਲੈਵਲ ਦਾ ਕੁਐਸਚਨ ਪੁੱਛਿਆ ਗਿਆ ਸੀਗਾ ਤਾਂ ਦੇਖੋ ਇਹ ਕੀ ਕਹਿੰਦਾ ਪਹਿਲਾਂ ਤੁਹਾਨੂੰ ਪੜ੍ਹਾਤਾ ਵਰਚੁਅਲ ਪੈਰੀਮੀਟਰ ਪੜ੍ਹਾਤਾ ਦੂਜਾ ਦੇਖੋ ਕੀ ਲਿਖ ਲੋਕੇਸ਼ਨ ਬੇਸ ਸਰਵਿਸਿਜ਼ ਤਾਂ ਠੀਕ ਹੈ ਰਾਜੇ ਦੇਖੋ ਜਦੋਂ ਆਪਾਂ ਥਿਊਰੀ ਪੜਾਂਗੇ ਤਾਂ ਹੀ ਆਪਾਂ ਇਹ ਆਪਸ਼ਨਾਂ ਲਿਮੀਨੇਟ ਕਰ ਸਕਦੇ ਹਾਂ ਅਦਰਵਾਈਜ਼ ਆਪਾਂ ਰੱਟੇ ਮਾਰ ਕੇ ਇਹ ਆਪਸ਼ਨਾਂ ਲਿਮੀਨੇਟ ਨਹੀਂ ਹੋਣਗੀਆਂ ਆਪਣੇ ਤੋਂ ਤਾਂ ਮੈਂ ਤਿੰਨੇ ਚੀਜ਼ਾਂ ਤੁਹਾਨੂੰ ਪੜਾਤੀਆਂ ਲੋਕੇਸ਼ਨ ਬੇਸਡ ਵਾਲਾ ਵੀ ਪੜਾਤਾ ਤੁਹਾਨੂੰ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਹਿੰਦਾ ਥਿਸ ਇਨਫੋ ਵਿਚ ਕੁਡ ਕੰਟੇਨ ਦਾ ਲੋਕੇਸ਼ਨ ਆਫ ਦਾ ਡਿਵਾਈਸ ਕੁਡ ਬੀ ਸੈਂਟ ਟੂ ਦਾ ਮੋਬਾਈਲ ਟੈਲੀਫੋਨ ਔਰ ਐਨ ਈਮੇਲ ਅਕਾਊਂਟ ਮੰਨ ਲਓ ਕਿ ਆਪਾਂ ਨੂੰ ਜਿਹੜੀ ਆਪਰੇਟਰ ਹੈ ਉਹਨੂੰ ਇਹ ਮੋਬਾਈਲ ਤੇ ਵੀ ਨੋਟੀਫਿਕੇਸ਼ਨ ਮਿਲ ਸਕਦਾ ਹੈ ਤੇ ਜੇ ਮੰਨ ਲਓ ਮੈਂ ਕੋਈ ਈਮੇਲ ਅਕਾਊਂਟ ਵਗੈਰਾ ਅਟੈਚ ਕੀਤਾ ਤਾਂ ਮੈਨੂੰ ਈਮੇਲ ਤੇ ਵੀ ਮੈਸੇਜ ਮਿਲ ਜੂਗਾ ਕਿ ਫਲਾਨੀ ਜਿਹੜੀ ਡਿਵਾਈਸ ਹੈਗੀ ਆ ਉਹ ਐਂਟਰ ਹੋ ਗਈ ਆਪਣੇ ਜੀਓਫੈਂਸ ਏਰੀਆ ਦੇ ਅੰਦਰ ਠੀਕ ਹੈ ਇਹ ਹੈਗੇ ਨੇ ਢੰਗ ਹੁਣ ਨੈਕਸਟ ਕੀ ਹੈ ਰਾਜੇ ਜਿਹੜਾ ਜੀਓਫੈਂਸ ਇੱਕ ਨਾ ਫੀਚਰ ਹੈ ਮਤਲਬ ਕੀ ਹੈ ਕਹਿੰਦਾ ਵੀ ਇੱਕ ਸੌਫਟਵੇਅਰ ਪ੍ਰੋਗਰਾਮ ਹੈ ਜਿਹੜਾ ਕੀ ਯੂਜ਼ ਕਰਦਾ ਹੈ ਜੀਪੀਐਸ ਤਾਂ ਯਾਦ ਰੱਖਣਾ ਹੁਣ ਜਦੋਂ ਆਪਾਂ ਲੋਕੇਸ਼ਨ ਬੇਸ ਦੀ ਗੱਲ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਜਿਹੜੀ ਆਪਣੇ ਦਿਮਾਗ 'ਚ ਐਪਲੀਕੇ ਤਾਂ ਜੀਪੀਐਸ ਦਾ ਯੂਜ਼ ਕਰਦਾ ਹੀ ਕਰਦਾ ਨਾਲ ਇਹ ਰੈਫਿਡ ਯੂਜ਼ ਕਰਦਾ ਹੈ ਰੈਫਿਡ ਬਾਰੇ ਬਹੁਤ ਪੁੱਛਿਆ ਜਾਂਦਾ ਰਾਜ ਜਿਹਨੂੰ ਕਹਿ ਦਿੰਦੇ ਆ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਤਾਂ ਇਹ ਕੀ ਕਰਦੀ ਆ ਨੇ ਰਾਜ ਜਿਹੜੀਆਂ ਵੀ ਉਹਦੀਆਂ ਬਾਉਂਡਰੀਜ਼ ਹੁੰਦੀਆਂ ਨੇ ਉਹਨੂੰ ਡਿਫਾਈਨ ਕਰਦੀ ਆ ਨੇ ਰੈਫਿਡ ਵਾਲੀ ਠੀਕ ਹੈ ਇਸ ਤੋਂ ਬਾਅਦ ਉਹਨੂੰ ਮੈਂ ਦੱਸ ਦਿੱਤਾ ਟ੍ਰਿਗਰ ਵਗੈਰਾ ਹੋ ਜਾਂਦਾ ਜਦੋਂ ਕੋਈ ਵੀ ਡਿਵਾਈਸ ਐਂਟਰ ਕਰਦੀ ਆ ਐਗਜ਼ਿਟ ਕਰਦੀ ਆ ਤੇ ਆਪਾਂ ਨੂੰ ਨੋਟੀਫਿਕੇਸ਼ਨ ਆ ਜਾਂਦਾ ਕਿਨੂੰ ਐਡਮਿਨਿਸਟਰੇਟਰ ਨੂੰ ਜਾਂ ਟੈਲੀਫੋਨ ਆਪਰੇਟਰ ਨੂੰ ਜਿਹੜਾ ਵੀ ਉਸਨੂੰ ਆਪਰੇਟ ਕਰ ਰਿਹਾ ਜੀਓਫੈਂਸ ਨੂੰ ਠੀਕ ਹੈ ਇਹ ਸੀਗਾ ਭਾਈ ਇਹਦਾ ਆਪਾਂ ਥੋੜਾ ਜਿਹਾ ਹੋਰ ਡਿਟੇਲਡ ਪੜ ਲੈਂਦੇ ਆ ਇਹਨੂੰ ਹੁਣ ਗੱਲ ਕਰਦੇ ਆ ਤੁਹਾਨੂੰ ਮੈਂ ਕਰਵਾ ਚੁੱਕਿਆ ਮੰਨ ਲਓ ਆਹ ਦੇਖੋ ਕੋਈ ਵੀ ਸ਼ਾਪ ਸਗੀ ਰਾਜੇ ਆਹ ਸ਼ੇਪ ਦੇ ਵਿੱਚ ਕੀ ਬਣਾਈ ਹੋਈ ਆ ਉਹਨਾਂ ਨੇ ਜੀਓ ਫੈਂਸ ਲਗਾਈ ਹੋਈ ਆ ਤਾਂ ਇੰਨੇ ਏਰੀਆ ਦੇ ਵਿੱਚ ਚਾਹੇ ਜਿੰਨੀਆਂ ਮਰਜੀ ਦੁਕਾਨਾਂ ਹੈਗੀਆਂ ਮੰਨ ਲਓ ਕਿ ਇੱਕ ਪਾਰਟਿਕੂਲਰ ਇੱਕ ਸ਼ਾਪ ਵਾਲੇ ਨੇ ਲਗਾਈ ਹੋਊਗੀ ਉਹ ਸ਼ਾਪ ਦੇ ਰਿਗਾਰਡਿੰਗ ਜੋ ਵੀ ਆਪਾਂ ਡਿਸਪਲੇ ਕਰਾਉਣਾ ਆਪਣੇ ਜੋ ਵੀ ਐਡਵਰਟਾਈਜ਼ਮੈਂਟ ਦੇਣੀ ਹੈ ਜੋ ਵੀ ਆਪਾਂ ਕੂਪਨ ਦੇਣੇ ਆ ਉਹ ਆਪਾਂ ਡਿਸਪਲੇ ਕਰਵਾ ਸਕਦੇ ਆ ਆਪਣੇ ਯੂਜ਼ਰ ਨੂੰ ਤਾਂ ਕਹਿੰਦਾ ਜੀਓ ਫੈਂਸ ਕੀ ਹੈ ਰਾਜੇ ਕਹਿੰਦਾ ਡਾਇਨਾਮਿਕਲੀ ਜਨਰੇਟਿਡ ਐਸ ਅ ਰੇਡੀਅਸ ਅਰਾਊਂਡ ਅ ਸਟੋਰ অর ਅ ਪੁਆਇੰਟ ਲੋਕੇਸ਼ਨ ਸਟੋਰ ਮਤਲਬ ਕਿ ਮੰਨ ਲਓ ਕੋਈ ਦੁਕਾਨ ਹੈ ਕੋਈ ਲੋਕੇਸ਼ਨ ਹੈ ਮਤਲਬ ਪਾਰਟिकुलर ਕੋਈ ਸਿੰਗਲ ਲੋਕੇਸ਼ਨ ਦੇ ਉੱਪਰ ਆਪਾਂ ਕੀ ਕਰਨਾ ਚਾਹੁੰਦੇ ਆ ਰੇਡੀਅਸ ਦੇਣਾ ਚਾਹੁੰਦੇ ਆ ਇਸ ਤੋਂ ਅੱਗੇ ਪੜਦੇ ਆਪਾਂ ਇਸ ਤੋਂ ਬਾਅਦ ਕਹਿੰਦਾ ਵੀ ਜੀਓ ਜਿਹੜੀ ਫੈਂਸ ਹੈਗੀ ਰਾਜੇ ਉਹਨੂੰ ਆਪਾਂ ਕੀ ਕਹ ਦਿੰਨੇ ਆ ਪ੍ਰੀ ਸੈਟ ਆਫ ਬਾਉਂਡਰੀਜ਼ ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ ਕਿ ਵਰਚੁਅਲ ਪੈਰੀਮੀਟਰਸ ਹੁੰਦੇ ਨੇ ਆਪਾਂ ਪਹਿਲਾਂ ਤੋਂ ਸੈੱਟ ਕੀਤੀਆਂ ਹੁੰਦੀਆਂ ਬਾਉਂਡਰੀਜ਼ ਤਾਂ ਹੀ ਆਪਾਂ ਨੂੰ ਏਰੀਆ ਕਵਰ ਕਰਦੇ ਹਾਂ ਕਿ ਕਿੰਨਾ ਕੁ ਏਰੀਆ ਆਪਾਂ ਕਵਰ ਕਰਨਾ ਚਾਹੁੰਦੇ ਹਾਂ ਜੀਓਫੈਂਸ ਦੇ ਅੰਡਰ ਠੀਕ ਹੈ ਜੀ ਇਸ ਤੋਂ ਬਾਅਦ ਰਾਜੇ ਇਹ ਕੀ ਆ ਤੁਹਾਨੂੰ ਮੈਂ ਦੱਸਦਾ ਵੀ ਇਹ ਲੋਕੇਸ਼ਨ ਬੇਸਡ ਸਰਵਿਸਿਜ਼ ਆ ਜਿਹੜੇ ਵੀ ਯੂਜ਼ਰ ਐਂਟਰ ਕਰੂਗਾ ਐਗਜ਼ਿਟ ਕਰੂਗਾ ਆਪਾਂ ਨੂੰ ਕੀ ਮਿਲ ਜੂਗਾ ਨੋਟੀਫਿਕੇਸ਼ਨ ਮਿਲ ਜੂਗਾ ਵੀ ਫਲਾਨਾ ਯੂਜ਼ਰ ਐਂਟਰ ਹੋ ਗਿਆ ਫਲਾਨਾ ਯੂਜ਼ਰ ਕੀ ਕਰ ਗਿਆ ਐਗਜ਼ਿਟ ਕਰ ਗਿਆ ਫ੍ਰੋਮ ਦਾ ਏਰੀਆ ਵਿੱਚ ਵੀ ਹੈਵ ਡਿਫਾਈਨਡ ਠੀਕ ਹੈ ਜੋ ਵੀ ਏਰੀਆ ਆਪਾਂ ਡਿਫਾਈਨ ਕੀਤਾ ਉਤੋਂ ਜੋ ਵੀ ਐਂਟਰ ਕਰ ਰਿਹਾ ਐਗਜ਼ਿਟ ਕਰ ਰਿਹਾ ਹਰ ਇੱਕ ਚੀਜ਼ ਦੀ ਆਪਾਂ ਨੂੰ ਨੋਟੀਫਿਕੇਸ਼ਨ ਮਿਲੂਗੀ ਦੇਖੋ ਇਹ ਜਿਹੜੀ ਚੀਜ਼ਾਂ ਹੈਗੇ ਨਾ ਰਾਜੇ ਇਹ ਮਹਿੰਗੀਆਂ ਹੁੰਦੀਆਂ ਨੇ ਇਹ ਜਿਹੜੀਆਂ ਫੋਰਨ ਕੰਟਰੀ ਦੇ ਵਿੱਚ ਜਾ ਚੱਲਦੀਆਂ ਨੇ ਪਰ ਹੁਣ ਇੰਡੀਆ 'ਚ ਵੀ ਆ ਗਈਆਂ ਨੇ ਸਭ ਤੋਂ ਪਹਿਲਾਂ ਇਹ BMW ਇੱਕ ਗੱਡੀ ਹੈ ਹੈਨਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮਹਿੰਗੀ ਹੈ BMW ਤਾਂ BMW ਗੱਡੀ ਦੇ ਵਿੱਚ ਇਹ ਆਈ ਸੀਗੀ ਤਾਂ ਜਾਂ ਫਿਰ ਫੋਰਨ ਦੇ ਵਿੱਚ ਕੀ ਹੁੰਦਾ ਹੈ ਕਿ ਫੋਰਨ ਦੇ ਵਿੱਚ ਸਾਰੇ ਪੇਰੈਂਟਸ ਕੀ ਹੁੰਦੇ ਨੇ ਵਰਕਿੰਗ ਹੁੰਦੇ ਨੇ ਸਰਵਿਸਿਜ਼ ਕਰਦੇ ਨੇ ਹੈਨਾ ਤਾਂ ਉਥੇ ਕੀ ਕਰਦੇ ਆ ਵੀ ਮੰਨ ਲਓ ਬੱਚਾ ਘਰ 'ਚ ਛੱਡ ਕੇ ਗਏ ਨਾ ਮੰਨ ਲਓ ਆ ਉਹਨਾਂ ਦਾ ਹਾਊਸ ਹੈ ਬੱਚੇ ਦੇ ਘਰ 'ਚ ਛੱਡ ਕੇ ਗਏ ਤਾਂ ਬਾਹਰ ਹਾਊਸ ਦੇ ਕੀ ਲਗਾਤੀ ਉਹਨਾਂ ਨੇ ਜੀਓਫੈਂਸ ਏਰੀਆ ਕਵਰ ਕਰ ਲਿਆ ਤਾਂ ਜਦੋਂ ਵੀ ਬੱਚਾ ਕੋਈ ਬਾਹਰ ਕਰ ਜਾਣ ਦੀ ਕੋਸ਼ਿਸ਼ ਕਰੂਗਾ ਤਾਂ ਪੇਰੈਂਟਸ ਨੂੰ ਕੀ ਆ ਜਾਂਦਾ ਰਾਜੇ ਨੋਟੀਫਿਕੇਸ਼ਨ ਆ ਜਾਂਦਾ ਵੀ ਤੁਹਾਡਾ ਬੱਚਾ ਕੀ ਹੈ ਉਸ ਏਰੀਏ ਤੋਂ ਬਾਹਰ ਜਾ ਰਿਹਾ ਹੈ ਤਾਂ ਉਹਨਾਂ ਨੂੰ ਇੱਕ ਅਲਰਟ ਮੈਸੇਜ ਆ ਜਾਂਦਾ ਹੈ ਤਾਂ ਇਦਾਂ ਦੀ ਐਪਲੀਕੇਸ਼ਨ ਦੇ ਵਿੱਚ ਯੂਜ਼ ਹੁੰਦੀਆਂ ਨੇ ਜੀਓਫੈਂਸ ਬਾਕੀ ਜਿਹੜੇ ਪੰਜਾਬੀ ਯੂਨੀਵਰਸਿਟੀ ਪੜ੍ਹੇ ਆ ਰਾਜੇ ਉਹਨਾਂ ਨੂੰ ਪਤਾ ਹੋਊਗਾ ਪੰਜਾਬੀ ਯੂਨੀਵਰਸਿਟੀ ਵੀ ਲ ਇਸ ਤੋਂ ਗੱਲ ਕਰਦੇ ਆਪਾਂ ਰਾਜੇ ਹੁਣ ਯੂਜ਼ ਕਿੱਥੇ ਹੁੰਦੀ ਹੈ ਜਿਵੇਂ ਮੰਨ ਲਓ ਚਾਈਲਡ ਲੋਕੇਸ਼ਨ ਸਰਵਿਸਿਜ਼ ਦੇ ਵਿੱਚ ਯੂਜ਼ ਹੁੰਦੀ ਹੈ ਜਿੱਥੇ ਕੀ ਮੰਨ ਲਓ ਕੋਈ ਚਾਈਲਡ ਕੀ ਹੈ ਲੀਵ ਕਰ ਰਿਹਾ ਮੰਨ ਲਓ ਕੋਈ ਪਾਰਟਿਕੂਲਰ ਏਰੀਆ ਡੈਜ਼ਿਗਨੇਟਿਡ ਏਰੀਆ ਕੀ ਹੈ ਲੀਵ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਪੇਰੈਂਟਸ ਨੂੰ ਕੀ ਆਜੂਗਾ ਨੋਟੀਫਿਕੇਸ਼ਨ ਆਜੂਗਾ ਜਾਂ ਫਿਰ ਆਪਾਂ ਗੱਡੀਆਂ ਦੇ ਵਿੱਚ ਯੂਜ਼ ਕਰਦੇ ਆ ਰਾਜੇ ਮੰਨ ਲਓ ਆ ਗੱਡੀ ਆ ਗੱਡੀ ਦੇ ਵਿੱਚ ਆਪਾਂ ਲਗਾਇਆ ਹੋਇਆ ਤਾਂ ਗੱਡੀ ਦੇ ਆਸ-ਪਾਸੇ ਜੇ ਉਹਨੂੰ ਕੋਈ ਚੋਰੀ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਜਿਹੜਾ ਵੀ ਗੱਡੀ ਦਾ ਓਨਰ ਹੈ ਮਾਲਕ ਹੈ ਉਹਨੂੰ ਕੀ ਆਜੂਗਾ ਇੱਕ ਨੋਟੀਫਿਕੇਸ਼ਨ ਆਜੂਗਾ ਭਾਈ ਤੁਹਾਡੀ ਗੱਡੀ ਕੀ ਹੈ ਉਸ ਏਰੀਆ ਤੋਂ ਬਾਹਰ ਜਾ ਰਹੀ ਹੈ ਇਸ ਦਾ ਮਤਲਬ ਕੀ ਹੈ ਚੋਰੀ ਹੋ ਰਹੀ ਹੈ ਠੀਕ ਹੈ ਜਾਂ ਫਿਰ ਜਿਵੇਂ ਵਾਈਲਡ ਲਾਈਫ ਦੇ ਵਿੱਚ ਯੂਜ਼ ਕਰ ਲੈਂਦੇ ਆ ਰਾਜੇ ਜਿਵੇਂ ਜੰਗਲ ਵਗੈਰਾ ਵਿੱਚ ਜਿੱਥੇ ਜੰਗਲੀ ਜੀਵ ਵਗੈਰਾ ਤੋਂ ਖਤਰਾ ਹੁੰਦਾ ਵੀ ਕੋਈ ਵੀ ਜੰਗਲੀ ਜੀਵ ਬਾਹਰ ਜਾ ਰਿਹਾ ਹੈ ਜਾਂ ਫਿਰ ਰੇਂਜਰ ਤੋਂ ਹੁੰਦਾ ਜਿਵੇਂ ਮੰਨ ਲਓ ਕੋਈ ਕੋਈ ਵਾਈਲਡ ਲਾਈਫ ਏਰੀਆ ਹੈ ਜਿਹੜਾ ਕਿ ਆਪਾਂ ਪ੍ਰੋਟੈਕਟ ਕੀਤਾ ਹੋਇਆ ਵੀ ਕੋਈ ਵੀ ਸ਼ਿਕਾਰੀ ਵਗੈਰਾ ਅ ਤਾ ਰੈਂਜਰ ਵਗੈਰਾ ਤੋਂ ਵੀ ਅਲਰਟ ਕਰਨ ਵਾਸਤੇ ਵੀ ਆਪਾਂ ਕੀ ਲਗਾ ਸਕਦੇ ਆ ਜੀਓਫੈਂਸ ਲਗਾ ਸਕਦੇ ਆ ਇਹ ਸਾਰੀਆਂ ਹਾਈ ਲੈਵਲ ਦੀ ਐਪਲੀਕੇਸ਼ਨ ਤੇ ਯੂਜ਼ ਹੁੰਦੀ ਆ ਰਾਜੇ ਜੀਓਫੈਂਸ ਨੈਕਸਟ ਰਾਜੇ ਜਿਹੜੀ ਸਭ ਤੋਂ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ ਕੀਤੀ ਜਾਂਦੀ ਹੈ ਮੋਬਾਈਲ ਐਡਵਰਟਾਈਜ਼ਮੈਂਟ ਵਾਸਤੇ ਕੀਤੀ ਜਾਂਦੀ ਹੈ ਉੱਥੇ ਕੀ ਕਰਦੇ ਆ ਆਪਾਂ ਮੰਨ ਲਓ ਕਸਟਮਰ ਨੂੰ ਕੋਈ ਐਡ ਦੇਣੀ ਹੋਵੇ ਕਿ ਆਪਣੇ ਸਟੋਰ ਦੇ ਕੋਲ ਦੀ ਲੰਘਿਆ ਆਪਾਂ ਨਾਲ ਦੀ ਨਾਲ ਨੋਟੀਫਿਕੇਸ਼ਨ ਪਾਤਾ ਬਈ ਸਾਡੇ ਸਟੋਰ ਤੇ ਅੱਜ 70% ਸੇਲ ਚੱਲ ਰਹੀ ਹੈ ਮੰਨ ਲਓ ਫਿਰ ਉਹਨੂੰ ਕੀ ਹੋ ਜੂਗਾ ਵੀ ਕਿਉਂਕਿ ਉਹ ਸਟੋਰ ਦੇ ਨੇੜੇੋਂ ਲੰਘ ਰਿਹਾ ਹੈ ਜਦੋਂ ਉਹਨੂੰ ਨੋਟੀਫਿਕੇਸ਼ਨ ਆ ਗਿਆ ਵੀ 70% ਸੇਲ ਚੱਲ ਰਹੀ ਹੈ ਉਹ ਕਹਿੰਦਾ ਚਲੋ ਯਾਰ ਦੇਖ ਹੀ ਜਾਂਦੇ ਹਾਂ ਹਨਾ ਦੇਖ ਹੀ ਜਾਂਦੇ ਹਾਂ ਵੀ ਕਿਹੜੇ-ਕਿਹੜੇ ਕੱਪੜਿਆਂ ਦੇ ਕਿਹੜੇ-ਕਿਹੜੇ ਬ੍ਰਾਂਡ ਤੇ ਕੀ ਆ ਕਿੰਨਾ ਕੁ ਆਫ ਚੱਲ ਰਿਹਾ ਤਾਂ ਆਪਣੀ ਹੈਬਿਟ ਹੁੰਦੀ ਆ ਵੀ ਆਪਾਂ ਜਦੋਂ ਕੋਈ ਚੀਜ਼ ਆਪਣੇ ਨੇੜੇ ਹੋਵੇ ਤਾਂ ਆਪਾਂ ਨੂੰ ਉਹ ਚੀਜ਼ ਅਟਰੈਕਟ ਕਰਦੀ ਆ ਅਟਰੈਕਟ ਕਿਉਂ ਕਰਦੀ ਆ ਕਿਉਂਕਿ ਮੰਨ ਲਓ ਮੈਂ ਉਸ ਲੋਕੇਸ਼ਨ ਦੇ ਨੇੜੇ ਜਾ ਰਿਹਾ ਸੀਗਾ ਜਦੋਂ ਮੈਨੂੰ ਨੋਟੀਫਿਕੇਸ਼ਨ ਆ ਗਿਆ ਆਪਾਂ ਕਹਿੰਨੇ ਚਲੋ ਯਾਰ ਇੱਕ ਵਾਰੀ ਦੇਖ ਹੀ ਜਾਂਦੇ ਹਾਂ ਕੋਈ ਚੀਜ਼ ਸਾਇਦ ਪਸੰਦ ਆ ਹੀ ਜਾਵੇ ਹਨਾ ਪਰ ਇਦਾਂ ਹੀ ਆਪਣੀ ਮੈਟੈਲਿਟੀ ਹੁੰਦੀ ਹੈ ਹਿਊਮਨ ਟੈਂਡੈਂਸੀ ਹੁੰਦੀ ਹੈ ਤਾਂ ਇਸ ਕਰਕੇ ਉਹ ਚੀਜ਼ ਮਤਲਬ ਕਿ ਕਾਫੀ ਕੀ ਹੁੰਦੀ ਹੈ ਲਾਭਦਾਇਕ ਹੁੰਦੀ ਹੈ ਕਿਦੇ ਵਾਸਤੇ ਸਟੋਰ ਮਾਲਕ ਵਾਸਤੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਰਾਜੇ ਜੀਓਫੈਂਸ ਦੇ ਅੰਡਰ ਕਵਰ ਹੁੰਦੀਆਂ ਨੇ ਇਸ ਤੋਂ ਬਾਅਦ ਕਹਿੰਦਾ ਵੀ ਜਿਹੜੀ ਇਹ ਸਭ ਤੋਂ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ ਟੈਕਨੋਲੋਜੀ ਕਾਦੇ ਵਾਸਤੇ ਕੀਤੀ ਜਾਂਦੀ ਹੈ ਰਾਜੇ ਬਿਜ਼ਨਸ ਐਡ ਵਾਸਤੇ ਕੀਤੀ ਜਾਂਦੀ ਹੈ ਕਿਉਂਕਿ ਬਿਜ਼ਨਸ ਐਡ ਦੇ ਵਿੱਚ ਕੀ ਕਰਨਾ ਹੁੰਦਾ ਆਪਾਂ ਆਪਣਾ ਕੰਟੈਂਟ ਆਪਣਾ ਪੱਖ ਰੱਖਣਾ ਹੁੰਦਾ ਕਸਟਮਰ ਦੇ ਅੱਗੇ ਵੀ ਸਾਡੇ ਬਿਜ਼ਨਸ ਦੇ ਵਿੱਚ ਆ ਤੁਹਾਨੂੰ ਮਤਲਬ ਕਿ ਆ ਬੈਨੀਫਿਟ ਹੋਊਗਾ ਜਾਂ ਮੈਂ ਕੋਈ ਸੇਲ ਚਲਾ ਰਿਹਾ ਜਾਂ ਮੈਂ ਕੋਈ ਨਵਾਂ ਪ੍ਰੋਡਕਟ ਲੈ ਕੇ ਆਇਆ ਠੀਕ ਹੈ ਤਾਂ ਸਾਰਾ ਕੁਝ ਰਾਜੀ ਇਹਦੇ ਅੰਡਰ ਕਵਰ ਹੋਊਗਾ ਕਿਹਦੇ ਅੰਡਰ ਜੀਓਫੈਂਸ ਦੇ ਅੰਡਰ ਇਸ ਤੋਂ ਇਲਾਵਾ ਤੁਹਾਨੂੰ ਮੈਂ ਦੱਸ ਦਿੱ ਚੁੱਕਿਆ ਰਾਜੀ ਜਿਵੇਂ ਮੰਨ ਲਓ ਕੋਈ ਆਪਾਂ ਸਪੈਸ਼ਲ ਜਿਹੜੇ ਆਪਣੇ ਕਸਟਮਰ ਹੈਗੇ ਉਹਨਾਂ ਨੂੰ ਆਪਾਂ ਕੋਈ ਸਪੈਸ਼ਲ ਕੂਪਨ ਸੈਂਡ ਕਰਨੇ ਆ ਕੋਈ ਡੀਲ ਸੈਂਡ ਕਰਨੀ ਆ ਵੀ ਅੱਜ ਆਹ ਡੀਲ ਚੱਲ ਰਹੀ ਹੈ ਤੁਸੀਂ ਆਮ ਵੀ ਦੇਖਦੇ ਹੋਵੋਗੇ ਜਿਵੇਂ ਸਨੇਪ ਡੀਲ ਹੋ ਗਈ ਫਲਿੱਪਕਾਰਟ ਹੋ ਗਏ ਵਗੈਰਾ ਹਨਾ ਤੁਹਾਨੂੰ ਮੈਸੇਜ ਵਗੈਰਾ ਆਉਂਦੇ ਰਹਿੰਦੇ ਆ ਵੀ ਅੱਜ ਆ ਬਿਗ ਸੇਲ ਡੇ ਆ ਫਲਾਨਾ ਡੇ ਡੇ ਆ ਹਨਾ ਤਾਂ ਅੱਜ ਬਹੁਤ ਆਫਰ ਚੱਲ ਰਿਹਾ ਇਲੈਕਟ੍ਰੋਨਿਕ ਤੇ ਆਫ ਹੈ ਅੱਜ ਕੱਪੜਿਆਂ ਤੇ ਆਫ ਹੈ ਹਨਾ ਤਾਂ ਉਸ ਚੀਜ਼ ਦੇ ਪਰਪਸ ਵਾਸਤੇ ਰਾਜੇ ਮਤਲਬ ਕਿ ਬਿਜ਼ਨਸ ਪਰਪਸ ਵਾਸਤੇ ਵਰਤੀ ਜਾਂਦੀ ਹੈ ਮੰਨ ਲਓ ਕੋਈ ਸਪੈਸ਼ਲ ਗਿਫਟ ਸੈਂਡ ਕਰਨੇ ਆ ਕੋਈ ਸਪੈਸ਼ਲ ਅਲਰਟ ਸੈਂਡ ਕਰਨੇ ਆ ਫਲੈਸ਼ ਸੇਲਸ ਕਰਨੀਆਂ ਨੇ ਆਪਣੇ ਯੂਜ਼ਰ ਨੂੰ ਉਹਨਾਂ ਵਾਸਤੇ ਕੀ ਕਰਤੀ ਜਾਂਦੀ ਹੈ ਜੀਓਫੈਂਸ ਵਰਤੀ ਜਾਂਦੀ ਹੈ ਹੁਣ ਵਰਕ ਕਿਵੇਂ ਕਰਦੀ ਹੈ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਹਾਂ ਲੇਕਿਨ ਫਿਰ ਮੈਂ ਦੁਬਾਰਾ ਇੱਕ ਵਾਰੀ ਦੱਸ ਦਿੰਨਾ ਹੈ ਜਦੋਂ ਵੀ ਕੋਈ ਕਸਟਮਰ ਸਟੋਰ ਦੇ ਨੇੜੇ ਆਊਗਾ ਉਸ ਰੇਂਜ ਦੇ ਵਿੱਚ ਆ ਗਿਆ ਉਸ ਰੇਡੀਅਸ ਦੇ ਵਿੱਚ ਆ ਗਿਆ ਤਾਂ ਉਹਦੇ ਫੋਨ ਤੇ ਕੀ ਆਜੂਗਾ ਰਾਜੇ ਇੱਕ ਮੈਸੇਜ ਆ ਸਕਦਾ ਹੈ ਕੁੱਪਨ ਆ ਸਕਦਾ ਵਾਇਆ ਐਸਐਮਐਸ ਵੀ ਆ ਸਕਦਾ ਜਾਂ ਮੋਬਾਈਲ ਐਪਲੀਕੇਸ਼ਨ ਹੁਣ ਦੇਖੋ ਜਾਂ ਤਾਂ ਸਿੰਪਲ ਮੈਸੇਜ ਆਜੂਗਾ ਜਾਂ ਕੀ ਕੋਈ ਐਪਲੀਕੇਸ਼ਨ ਹੋਣੀ ਕੀ ਕੀਤੀ ਹੋਈ ਹੈ ਇੰਸਟਾਲ ਕੀਤੀ ਹੋਈ ਹੈ ਪਾਰਟਿਕੂਲਰਲੀ ਆਪਣੇ ਬਿਜ਼ਨਸ ਦੇ ਰਿਗਾਰਡਿੰਗ ਤਾਂ ਉਸ ਹਿਸਾਬ ਨਾਲ ਉਹਨੂੰ ਕੀ ਆਜੂਗਾ ਮੈਸੇਜ ਆਜੂਗਾ ਨੋਟੀਫਿਕੇਸ਼ਨ ਆਜੂਗਾ ਤਾਂ ਇਦਾਂ ਕੰਮ ਕਰਦੀ ਹੈ ਇਹ ਇਸ ਤੋਂ ਇਲਾਵਾ ਬੇਸਿਕਲੀ ਇਹਨੂੰ ਵਰਤਦੇ ਕਿਉਂ ਆ ਰਾਜ ਜੀ ਤੁਹਾਨੂੰ ਪਤਾ ਹੀ ਹੈ bizness ਦੇ ਵਿੱਚ ਕੀ ਹੁੰਦਾ ਸਭ ਤੋਂ ਜ਼ਿਆਦਾ ਕੰਪੀਟੀਸ਼ਨ ਹੁੰਦਾ ਹੁਣ ਮੰਨ ਲਓ ਦੋ ਦੁਕਾਨਾਂ ਸਿਗੀਆਂ ਆਹ ਦੁਕਾਨ ਸਿਗੀ ਆਵੀ ਦੁਕਾਨ ਸਿਗੀ ਦੋਨੇ ਕੀ ਹੈ ਸੇਮ ਹੈ ਮੰਨ ਲਓ ਕਿ ਇਹ ਵੀ ਐਡਜਸਟ ਦੇ ਕੱਪੜੇ ਵੇਚ ਰੇ ਹੈ ਇਹ ਵੀ ਵੇਚ ਰੇ ਹੈ ਠੀਕ ਹੈ ਜਾਂ ਮੰਨ ਲਓ ਕੋਈ ਵੀ ਸੇਮ bizness ਕਰ ਰੇ ਹੈ ਇਸ ਬੰਦੇ ਨੇ ਕੀ ਲਗਾਈ ਹੋਈ ਹੈ ਜੀਓ ਫੈਂਸ ਲਗਾਈ ਹੋਈ ਹੈ ਇਸਨੇ ਕੁਝ ਨਹੀਂ ਲਗਾਇਆ ਹੋਇਆ ਤਾਂ ਜਦੋਂ ਵੀ ਕਸਟਮਰ ਮੰਨ ਲਓ ਦੋਨਾਂ ਸ਼ੋਰੂਮ ਦੇ ਨੇੜੇ ਆਊਗਾ ਜਦੋਂ ਇਹ ਸ਼ੋਰੂਮ ਦੇ ਨੇੜੇ ਆਇਆ ਤਾਂ ਇਹਨੇ ਕੀ ਕਰਤਾ ਪਾਈਏ ਨੇ ਮੈਸੇਜ ਡਿਸਪਲੇ ਕਰਵਾਤਾ ਵੀ ਅੱਜ 70% ਸੇਲ ਚੱਲ ਰਹੀ ਹੈ ਉਹ ਬੰਦਾ ਅੱਗੇ ਜਾਊਗਾ ਹੀ ਨਹੀਂ ਉਹਨੂੰ ਜਿਹੜੇ ਵੀ ਸਟੋਰ ਦਾ ਨੋਟੀਫਿਕੇਸ਼ਨ ਆਇਆ ਪਹਿਲਾਂ ਉਸ ਤੇ ਜਾਊਗਾ ਤਾਂ ਕੰਪੀਟੀਸ਼ਨ ਲੈਵਲ ਦੇ ਵਾਸਤੇ ਵੀ ਰਾਜੇ ਵਰਤੀ ਜਾਂਦੀ ਹੈ ਵੀ ਕਸਟਮਰ ਨੂੰ ਅਟ੍ਰੈਕਟ ਕਰਨ ਵਾਸਤੇ ਤਾਂ ਜੋ ਕਸਟਮਰ ਨੂੰ ਕੀ ਹੈ ਮਤਲਬ ਇਜ਼ੀਲੀ ਆਪਾਂ ਕੀ ਕਰ ਸਕੀਏ ਆਪਾਂ ਉਹਦੇ ਨਾਲ ਕਮਿਊਨੀਕੇਟ ਕਰ ਸਕੀਏ ਉਹਨੂੰ ਆਪਣੇ ਕੂਪਨ ਵਗੈਰਾ ਸੈਂਡ ਕਰ ਸਕੀਏ ਸੇਲਸ ਰਿਗਾਰਡਿੰਗ ਦੱਸ ਸਕੀਏ ਜਾਂ ਆਪਣੇ ਸਟੋਰ ਦੇ ਬਾਰੇ ਜੋ ਵੀ ਆਪਣੇ ਸਟੋਰ ਦੇ ਵਿੱਚ ਕੀ ਆਪਣੇ ਪਲੱਸ ਪੁਆਇੰਟ ਨੇ ਆਪਾਂ ਉਹਦੇ ਬਾਰੇ ਉਹਨੂੰ ਕੀ ਕਰ ਸਕੀਏ ਜਾਣਕਾਰੀ ਦੇ ਸਕੀਏ ਤਾਂ ਇਹ ਸਾਰਾ ਕੁਝ ਰਾਜੇ ਵਰਤੀ ਜਾਂਦੀ ਆ ਬਸ ਸਿੰਪਲ ਐ ਤੁਹਾਨੂੰ ਆਈ ਹੋਪ ਸਮਝ ਆ ਗਿਆ ਹੋਊਗਾ ਤਾਂ ਬੇਸਿਕਲੀ ਇਹ ਸ਼ੋਪਿੰਗ ਮਾਲ ਦੇ ਵਿੱਚ ਕੀ ਐ ਪੋਪੂਲਰ ਐ ਤੁਹਾਨੂੰ ਮੈਂ ਦੱਸਿਆ ਕਿਉਂਕਿ ਅੱਜਕੱਲ ਸ਼ੋਪਿੰਗ ਮਾਲ ਦੇ ਵਿੱਚ ਆਪਾਂ ਸ਼ੋਪਿੰਗ ਕਰਦੇ ਆ ਕਿਉਂਕਿ ਉੱਥੇ ਆਪਾਂ ਨੂੰ ਕੀ ਐ ਵੱਖਰੇ-ਵੱਖਰੇ ਬ੍ਰਾਂਡਸ ਦੀਆਂ ਸ਼ਾਪਸ ਇੱਕ ਪਲੇਸ ਤੇ ਮਿਲ ਜਾਂਦੀਆਂ ਨੇ ਤਾਂ ਇਸ ਤਰ੍ਹਾਂ ਕੀ ਉੱਥੇ ਜ਼ਿਆਦਾ ਕੀ ਐ ਫੇਮਸ ਐ ਕਿਹੜੀ ਜੀਓ ਫੈਂਸਿੰਗ ਐਪਲੀਕੇਸ਼ਨਸ ਠੀਕ ਐ ਆਈ ਹੋਪ ਰਾਜੇ ਤੁਹਾਨੂੰ ਸਾਰਾ ਕੁਝ ਬਹੁਤ ਵਧੀਆ ਢੰਗ ਦੇ ਨਾਲ ਸਮਝ ਆ ਗਿਆ ਹੋਊਗਾ ਤੇ ਆ ਤੁਹਾਡਾ ਕਰੰਟ ਦਾ ਕੁਐਸਚਨ ਬਣਦਾ ਐ ਕਿ ਜਿਹੜੀ ਕੋਵਿਡ-19 ਦੇ ਦੌਰਾਨ ਰਾਜ ਇੱਕ ਸਿਸਟਮ ਯੂਜ਼ ਕੀਤਾ ਗਿਆ ਸੀਗਾ CQAS ਜਿਹਨੂੰ ਕਹ ਦਿੰਦੇ ਆ ਕੋਵਿਡ-19 ਕਵਾਰਨਟਾਈਨ ਅਲਰਟ ਸਿਸਟਮ ਤਾਂ ਇਹ ਤੁਹਾਡਾ ਮਤਲਬ ਕੀ ਆਪਣਾ ਕਰੰਟ ਦਾ ਕੁਸ਼ਨ ਮੰਨਦਾ ਹੈ ਸ਼ਾਇਦ ਜੀਓਫੈਂਸ ਦੇ ਵਿੱਚ ਵੀ ਪੁੱਛਿਆ ਜਾ ਸਕਦਾ ਰਾਜੀ ਇਹਦੇ ਵਿੱਚ ਕੀ ਹੁੰਦਾ ਸੀ ਮੰਨ ਲਓ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ 14 ਦਿਨਾਂ ਵਾਸਤੇ ਆਪਾਂ ਕਿਸੇ ਬੰਦੇ ਨੂੰ ਕੀ ਕਰਦੇ ਆ ਘਰ ਦੇ ਵਿੱਚ ਕਵਾਰਨਟਾਈਨ ਕਰਦੇ ਆ ਕਿ ਉਹਨੂੰ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਭਾਈ ਤੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਲੇਕਿਨ ਉੱਤੇ ਨਿਗਰੱਖਣ ਵਾਸਤੇ ਕੀ ਆਪਾਂ ਉੱਥੇ ਕੀ ਲਗਾ ਦਾਂਗੇ ਜੀਓਫੈਂਸ ਐਪਲੀਕੇਸ਼ਨਸ ਲਗਾ ਦਾਂਗੇ ਜਦੋਂ ਇਹ ਬੰਦਾ ਉਸ ਏਰੀਏ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰੂਗਾ ਤਾਂ ਆਪਾਂ ਨੂੰ ਕੀ ਆਜੂਗਾ ਅਲਰਟ ਮੈਸੇਜ ਆਜੂਗਾ ਕਿ ਉਸ ਬੰਦੇ ਨੇ ਕੀ ਕਰਤੇ ਆਪਣੇ ਰੂਲ ਵਾਇਲਟ ਕਰਤੇ ਤੋੜਤੇ ਤਾਂ ਆਪਾਂ ਨੂੰ इजीली ਕੀ ਕਰ ਸਕਦੇ ਹਾਂ ਟਰੈਕ ਕਰ ਸਕਦੇ ਹਾਂ ਉਸ ਪੇਸ਼ੀਅੰਟ ਨੂੰ ਤਾਂ ਠੀਕ ਹੈ ਉੱਥੇ ਵਰਤਿਆ ਗਿਆ ਸੀ ਪੁੱਛਿਆ ਜਾ ਸਕਦਾ ਰਾਜੀ ਤਾਂ ਇਹਦੀ ਫੁੱਲ ਫਾਰਮ ਵੀ ਯਾਦ ਰੱਖਣੀ ਆ ਤੇ ਕਿਹੜੇ ਡਿਪਾਰਟਮੈਂਟ ਨੇ ਰਾਜੀ ਵਰਤਿਆ ਸੀਗਾ ਡਿਪਾਰਟਮੈਂਟ ਆਫ ਟੈਲੀ ਕਮਿਊਨੀਕੇਸ਼ਨ ਤਾਂ ਇਹ ਵੀ ਯਾਦ ਰੱਖਣਾ ਤਾਂ ਕਈ ਵਾਰੀ ਤੁਹਾਨੂੰ ਭੁਲੇਖਾ ਪਾਉਣ ਵਾਸਤੇ ਹੈਲਥ ਡਿਪਾਰਟਮੈਂਟ ਕਹੇ ਜਾਣਗੇ ਹੈਲਥ ਮਿਨਿਸਟਰੀ ਕਹੇ ਜਾਣਗੇ ਪਰ ਕਿਹਨੇ ਵਰਤਿਆ ਰਾਜੇ ਕਿਹਨਾਂ ਨੇ ਇਹ ਕ੍ਰੀਏਟ ਕੀਤਾ ਸੀਗਾ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਉਹਨਾਂ ਨੇ ਇਸ਼ੂ ਕੀਤਾ ਸੀ ਰਾਜੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਫਾਰ ਦਾ ਯੂਜ਼ ਆਫ ਕੁਆਰੰਟਾਈਨ ਅਲਰਟ ਸਿਸਟਮ ਤਾਂ ਉਹਦੇ ਵਾਸਤੇ ਰਾਜਾ ਵਰਤਿਆ ਜਾਂਦਾ ਸੀਗਾ ਆਪਣਾ ਜੀਓਫੈਂਸ ਐਪਲੀਕੇਸ਼ਨ ਆ ਇਹ ਵੀ ਪੜ ਲਿਓ ਇਹਨੂੰ ਇੱਕ ਵਾਰ ਹੁਣ ਅੱਜ ਦੀ ਵੀਡੀਓ ਦੇ ਬਾਅਦ ਮੈਂ ਜੀਪੀਐਸ ਦੇ ਵਿੱਚ ਕਾਫੀ ਇੰਪੋਰਟੈਂਟ ਹੈ ਰਾਜੇ ਜੀਪੀਐਸ ਦੇ ਕੁਸ਼ਨਾਂ ਦੇ ਤੁਸੀਂ ਆਨਸਰ ਮੈਨੂੰ ਕਰਕੇ ਜਾਣੇ ਨੇ ਬਹੁਤ ਸਿੰਪਲ ਨੇ ਪੰਜ ਕੁਸ਼ਨ ਪੁੱਛੇ ਮੈਂ ਤੁਹਾਡੇ ਤੋਂ ਜੀਪੀਐਸ ਦੀ ਫੁੱਲ ਫਾਰਮ ਦੱਸਣੀ ਹੈ ਤੁਸੀਂ ਤਾਂ ਆਪਣਾ ਦੇਖੋ ਕੁਐਸਚਨ ਦਾ ਆਨਸਰ ਜਿਹੜਾ ਹੁੰਦਾ ਨਾ ਹੋ ਸਕੇ ਤਾਂ ਫੁੱਲ ਪਾ ਦਿਆ ਕਰੋ ਜੇ ਨਹੀਂ ਹੋ ਸਕਦਾ ਤਾਂ ਜੇ ਮੰਨ ਲਓ ਕੁਐਸਚਨ 1 ਹੈ ਤੁਹਾਡਾ ਜੋ ਵੀ ਆਨਸਰ ਹੋਊਗਾ ਪੂਰਾ ਪਾ ਦਿਆ ਕਰੋ ਜੇ ਫਿਰ ABC ਪਾਉਂਗੇ ਤਾਂ ਚਲੋ ਫਿਰ ਮੈਨੂੰ ਥੋੜਾ ਟਾਈਮ ਲੱਗਦਾ ਚੈੱਕ ਕਰਨ ਤੇ ਕਿਉਂਕਿ ਉਸ ਟਾਈਮ ਮੇਰੇ ਕੋਲੇ ਪੀਡੀਐਫ ਵਗੈਰਾ ਸਾਹਮਣੇ ਨਹੀਂ ਹੁੰਦੀਗੀ ਮੈਨੂੰ ਪਤਾ ਨਹੀਂ ਹੁੰਦਾ ਵੀ ਕੁਐਸਚਨ 1 ਕਿਹੜਾ ਹੈ ਜਾਂ 2 ਕਿਹੜਾ ਹੈ ਤਾਂ ਠੀਕ ਹੈ ਤੁਸੀਂ ਸਿੰਪਲ ਵੀ ਪਾ ਸਕਦੇ ਹੋ ਜੇ ਹੋ ਸਕੇ ਤਾਂ ਤੁਸੀਂ ਫੁੱਲ ਫੁੱਲ ਫਾਰਮ ਪੂਰੀ ਪਾ ਦਿਓ ਤਾਂ ਸੈਕੰਡ ਕੁਐਸਚਨ ਕੀ ਪੁੱਛਿਆ ਕਹਿੰਦਾ ਵੈਨ ਵਾਸ ਦਾ ਫਰਸਟ ਜੀਪੀਐਸ ਸ ਤੇ ਕਦੋਂ ਲਾਂਚ ਕੀਤਾ ਗਿਆ ਸੀ ਰਾਜੇ ਤੁਸੀਂ ਇਹ ਵੀ ਦੱਸਣਾ ਮੈਨੂੰ ਇਸ ਤੋਂ ਬਾਅਦ ਥਰਡ ਕੁਐਸਚਨ ਕੀ ਹੈ ਕਹਿੰਦਾ ਹਾਊ many GPS ਸੈਟਲਾਈਟਸ ਵਰਡ देयर ਵੈਨ ਦਾ ਸਿਸਟਮ ਵਾਸ originally ਸੈਟ ਅਪ ਤਾਂ ਸਟਾਰਟਿੰਗ ਦੇ ਵਿੱਚ ਕਿੰਨੇ ਸੈਟਾ ਕਿੰਨੇ ਸੈਟਲਾਈਟ ਵਰਤੇ ਗਏ ਸੀ ਰਾਜੇ ਤੁਹਾਨੂੰ ਮੈਂ ਕਰਵਾਇਆ ਸੀਗਾ 32 ਠੀਕ ਆ ਹੁਣ ਤੁਸੀਂ ਦੱਸਣਾ ਮੈਨੂੰ 32 ਜਾਂ 36 ਜਾਂ 24 ਜਾਂ ਕਿੰਨੇ ਆ ਤਾਂ ਤੁਸੀਂ ਇਹਦਾ ਆਨਸਰ ਵੀ ਜ਼ਰੂਰ ਕਰਕੇ ਜਾਣਾ ਇਸ ਤੋਂ ਬਾਅਦ ਚੌਥਾ ਕੀ ਹੈ ਰਾਜੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਹਿੰਦਾ ਇਹਦੇ ਵਿੱਚ ਕੀ ਹੈ অপশন 2 ਦੀ ਨੋਟ ਇੱਕ ਆਪਸ਼ਨ ਹੋਰ ਕਰ ਲਿਓ E ਆਪਸ਼ਨ ਇੱਕ ਹੋਰ ਕਰ ਲਿਓ ਰਾਜੇ ਦੇ ਵਿੱਚ 4th ਠੀਕ ਹੈ ਤਾਂ what is the minimum number of gps satellite you need to receive information from in order to get a fix on your horizontal position ਤਾਂ ਤੁਸੀਂ ਦੱਸਣਾ ਵੀ ਟੋਟਲ ਕਿੰਨੇ ਸੈਟਲਾਈਟ ਯੂਜ਼ ਕੀਤੇ ਜਾਂਦੇ ਆ ਠੀਕ ਹੈ ਤੁਹਾਨੂੰ ਮੈਂ ਕਰਵਾਇਆ ਸੀ ਨਾ ਦੋ ਇੰਟਰਸੈਕਟ ਕਰਦੇ ਆ ਤਿੰਨ ਕਰਦੇ ਆ ਫਲਾਨੇ ਕਰਦੇ ਆ ਤੁਸੀਂ ਦੱਸਣਾ ਵੀ ਘੱਟੋ ਘੱਟ ਕਿੰਨੇ ਦੀ ਲੋੜ ਆਪਾਂ ਨੂੰ ਤਾਂ ਇਹ ਵੀ ਤੁਸੀਂ ਆਨਸਰ ਜ਼ਰੂਰ ਕਰਕੇ ਜਾਣਾ ਤਾਂ ਨੈਕਸਟ ਲਾਸਟ ਕੁਐਸਚਨ ਕੀ ਹੈ originally ਨੇਮ ਕੀ ਸੀਗਾ GPS ਦਾ ਤੁਸੀਂ ਇਹ ਵੀ ਮੈਨੂੰ ਦੱਸ ਕੇ ਜਾਣਾ ਤੇ ਲਾਸਟ ਦੇ ਵਿੱਚ ਇੱਕ ਕੁਐਸਚਨ ਤੁਹਾਨੂੰ ਜਿਹੜਾ ਬਹੁਤ ਇੰਪੋਰਟੈਂਟ ਹੈ ਜਿਹੜਾ ਕਿ ਜੇਲ ਸੁਪਰੀ ਜਾਣ ਦੇ ਵਿੱਚ ਪੁੱਛਿਆ ਗਿਆ ਸੀ ਇਹਦਾ ਆਨਸਰ ਤਾਂ ਤੁਸੀਂ ਕਰਨਾ ਹੀ ਕਰਨਾ ਹੈ ਕਹਿੰਦਾ ਵਿੱਚ ਆਫ ਦਾ ਫਾਲੋਇੰਗ ਇਜ਼ ਨਾਟ ਅ ਫੀਚਰ ਆਫ ਬਲੂਟੂਥ ਤਾਂ ਜਿਹੜੇ ਬੰਦੇ ਨੇ ਇਹਦਾ ਆਨਸਰ ਕਰਤਾ ਬਿਲਕੁਲ ਰਾਈਟ ਇਹਦਾ ਮਤਲਬ ਕੀ ਹੈ ਉਹਨੇ ਆਪਣੇ ਵਾਲੀ ਵੀਡੀਓ GPS ਦੀ ਬਹੁਤ ਧਿਆਨ ਨਾਲ ਦੇਖੀ ਹੈ ਕਿਉਂਕਿ ਇਹ ਪੂਰਾ ਕਨਸੈਪਚੁਅਲ ਲੈਵਲ ਕੁਐਸਚਨ ਹੈ ਜਿਹਨੂੰ ਕਨਸੈਪਟ ਕਲੀਅਰ ਹੋਊਗਾ ਉਹੀ ਇਲੀਮੀਨੇਟ ਕਰ ਸਕਦਾ ਵੀ ਕਿਹੜੀ ਆਪਸ਼ਨ ਕੀ ਹੈ ਰੋਂਗ ਹੈ ਤਾਂ ਤੁਸੀਂ ਇਹਦਾ ਆਨਸਰ ਜ਼ਰੂਰ ਕਰਨਾ ਮੈਨੂੰ ਕਿਉਂਕਿ ਰਾਜੇ ਇਹ ਦੇਖੋ ਜਿਹੜਾ ਪੀ ਟ੍ਰਿਪਲ ਐਸ ਬੋਰਡ ਹੈ ਨਾ ਉਸਨੇ ਹੀ ਲਿਆ ਸੀਗਾ ਆਪਣਾ ਕਾਹਦਾ ਪੇਪਰ ਜੇਲ ਸੁਪਰੀਟੈਂਡ ਦਾ ਤਾਂ ਸੇਮ ਸਿਲੇਬਸ ਹੈ ਸੇਮ ਕੰਪਿਊਟਰ ਦਾ ਸਿਲੇਬਸ ਬਿਲਕੁਲ ਸੇਮ ਹੈ ਕੱਲਾ ਕੱਲਾ ਟੌਪਿਕ ਹੋ ਸਕਦਾ ਬਲੂਟੂਥ ਤੋਂ ਫਿਰ ਪੁੱਛਿਆ ਜਾਵੇ ਤੁਹਾਨੂੰ ਸਾਰਾ ਕਨਸੈਪਟ ਕੀ ਹੋਣਾ ਚਾਹੀਦਾ ਕਲੀਅਰ ਹੋਣਾ ਚਾਹੀਦਾ ਤਾਂ ਰਾਈਟਰ ਰਾਜੀ ਆਈ ਹੋਪ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ ਜੇ ਫਿਰ ਵੀ ਕੋਈ ਪ੍ਰੋਬਲਮ ਹੋਵੇ ਤੁਸੀਂ ਪੁੱਛ ਸਕਦੇ ਹੋ ਤੋਂ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਵਾਸਤੇ